ਅੱਲਾ ਪਾਕ ਸਲਾਮਤ ਰੱਖੇ। ਜਿਹੜੀਆਂ ਖੇਡਾਂ ਨਾਲ ਪਿਆਰ ਕਰਨ ਵਾਲੀਆਂ ਧਰਤੀਆਂ ਹੁੰਦੀਆਂ ਨਾ, ਇਹਨਾਂ ਦੇ ਬਾਈ ਬਹੁਤ ਕਦਰ ਹੁੰਦੀ, ਕਿਉਂਕਿ ਪੁਰ ਅਮਨ ਇਲਾਕਿਆਂ ਦੇ ਵਿੱਚ ਚੱਲ ਬਣਦਾ ਕੀ ਧਰਤੀ ਮਾਣੂ ਮੱਥਾ ਟੇਕ ਕੇ ਪਹਿਲੀ ਰੇਡ ਆ ਮੂਰੇ ਚਾਰ ਜਾਪੀ ਬਿਲਕੁਲ ਤਿਆਰ ਪਰ ਤਿਆਰ ਆ ਦੇਖ ਨਿਕਲ ਕੇ ਲੱਗਾ ਮੁੰਡਾ ਸੱਜੀ ਕੰਨੀ ਤੋਂ ਹਾਏ ਹਾਏ ਕਰ ਲਿਆ ਕਾਬੂ ਬਣਦਾ ਕੀ ਆ ਬਣਦਾ ਕੀ ਆ ਬਣਦਾ ਕੀ ਆ ਬਣਦਾ ਕੀ ਆ ਪੁਆਇੰਟ ਹੋ ਗਿਆ ਰੇਡਰ ਦੇ ਖਾਤੇ ਪੁਆਇੰਟ ਹੋ ਗਿਆ ਰੇਡਰ ਦੇ ਖਾਤੇ ਇਹ 60 ਕਿਲੋ ਭਾਰ ਦਾ ਬਈ ਪਹਿਲਾ ਮੈਚ ਹੈ ਔਰ ਇਸ ਤੋਂ ਬਾਅਦ ਸਾਡੇ ਚਾਰ ਕਲੱਬ ਇਨਸ਼ਾਅੱਲਾ ਖੇਡਣਗੇ ਔਰ ਉਸਤਾਦ ਗਾਮੀ ਉਸਤਾਦ ਅਖਤਰ ਇਹ ਆਪਣੇ ਬੱਬਰ ਸ਼ੇਰ ਲੈ ਕੇ ਆਏ ਹੋਏ ਆ ਇਸ ਟਾਈਮ ਤੇ 60 ਕਿਲੋ ਭਾਰ ਦਾ ਜਿਹੜਾ ਮੈਚ ਹੋ ਰਿਹਾ ਇਸ ਤੋਂ ਬਾਅਦ ਜਿਹੜੇ ਸਾਡੇ ਚਾਰੇ ਕਲੱਬ ਆ ਬਾਈ ਉਹਨਾਂ ਦੇ ਮੈਚ ਸ਼ੁਰੂ ਹੋਣੇ ਆ ਓਪਨ ਮੈਚ ਆ ਪੂਰੀ ਬੱਲੇ ਬੱਲੇ ਹੋਣੀ ਆ ਪੂਰੀ ਚਾਸ ਆਣੀ ਪੂਰਾ ਸਵਾਦ ਆਣਾ ਜੀ ਜੀ ਭਾਈ ਆਪਦਾ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਖਵਾਜਾ ਸਾਊਂਡ ਸਿਸਟਮ ਆਫ ਗੁਜਰਾ ਕਿਆ ਬਾਤ ਹੈ ਜੀ ਬ੍ਰਾਂਡ ਨਾਮ ਨਾਮ ਹੀ ਕਾਫੀ ਹੈ ਹਰ ਮਹਿਫਲ ਹਰ ਮੇਲਾ ਕਿ ਪਹਿਚਾਣੋ ਦੇਖ ਮਾਜਦ ਗੁਜਰ ਹਾਏ ਹਾਏ ਮਾਜਦ ਗੁਜਰ 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 ਕਰ ਗਿਆ ਕਮਾਲ ਗੁਜਰ ਜੀਓ ਗੁਜਰਾ ਕਰ ਗਿਆ ਕਮਾਲ ਗੁਜਰ ਔਰ ਦੋਨੇ ਇਸ ਟਾਈਮ 60 ਕਿਲੋ ਭਾਰ ਦੇ ਟੂਰਨਾਮੈਂਟ ਛਾਤੀ ਤੂੰ ਮੇਰੇ ਕੋਲ ਖੋ ਜਾ ਤੈਨੂੰ ਕੋਈ ਕੰਮ ਕਵੇ ਨਾ ਤੂੰ ਕਿ ਨਹੀਂ ਮੇਰਾ ਭਰਾ ਆਇਆ ਹੈ ਔਰ ਦੇਖ ਕਬੱਡੀ ਦੇ ਬਾਰੇ ਦੇ ਇੱਕ ਵਾਰੀ ਫੇਰ ਦੇਖ ਬਣਦਾ ਕੀ ਹੈ ਆ ਆ ਗਿਆ ਰਾਜਪੂਤਾਂ ਦਾ ਪੁੱਤਰ ਛਾਂਡਮਾ ਸਰੀਰਿਆ ਆ ਦੇਖ ਰਾਣਾ ਖਲੀਲ ਉਹ ਕਿਹੜਾ ਮੁੰਡਾ ਡੱਕੇਗਾ ਨਾ 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 ਗੱਡੀ ਤੇਜ਼ ਆ ਗੱਡੀ ਤੇਜ਼ ਆ ਹਾਏ ਹਾਏ ਇਹ ਕੀ ਲਿਆ ਨੇ ਸਿਰ ਤੇ ਨਮਾਜ਼ ਪੜ੍ਹਨਾ ਹੈ ਔਰ ਦੇਖ ਬਣਦਾ ਕੀ ਆ ਗਿਆ ਕਬੱਡੀ ਦੇ ਬਾਰੇ ਤੇ ਆ ਗਿਆ ਇੱਕ ਵਾਰੀ ਫੇਰ ਦੇਖ ਬੱਬਰ ਸ਼ੇਰ ਚੱਲ ਵੀ ਨੌਜਵਾਨਾਂ ਪਾ ਹਜ਼ਰ ਕਬੱਡੀ ਕਬੱਡੀ ਦੇ ਬਾਰੇ ਤੇ ਦੇਖ ਬਾਜ ਵਾਲੀ ਅੱਖ ਮੂਰੇ ਦੇਖ ਚਾਰ ਜਾਪੀ ਬਿਲਕੁਲ ਤਿਆਰ ਬਰ ਤਿਆਰ ਖੜੇ ਆ ਆ ਦੇਖੋ ਕੀ ਟੱਕਰ ਨਾ ਆ ਸਹੀਦ ਗੁਜਰ ਸਹੀਦ ਗੁਜਰ ਸਹੀਦ ਗੁਜਰ 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 ਸਹੀਦ ਗੁਜਰ ਪਰ ਪੁਆਇੰਟ ਹੋ ਗਿਆ ਜੀ ਰੇਡਰ ਦੇ ਖਾਤੇ ਮਲਕ ਕਬੱਡੀ ਕਲੱਬ ਬਸ ਜੀ ਕੀ ਬਣ ਗਿਆ ਜੀ ਕਰੋ ਕਰੋ ਸਰ ਆਹ ਯੂਨਿਟ ਨੂੰ ਹੋ ਗਿਆ ਇਹੋ ਗੱਲ ਕਹੀ ਹੈ ਮੈਂ ਪਹਿਲੇ ਮੈਚ ਦੇ ਕੋਚ ਨੂੰ ਯਾਰ
ਔਰ ਵੈਲਕਮ ਜੀ, ਵੈਲਕਮ ਜੀ ਸਰ ਬਿਸਮਿਲਾ। ਪਾਕਿਸਤਾਨ ਦੀ ਕਬੱਡੀ ਦਾ ਇੱਕ ਬਿਲਕੁਲ ਔਰ ਬਹੁਤ ਹੀ ਖੂਬਸੂਰਤ ਬੁਲਾਰਾ ਬਲਕ ਸਰਦਰ ਸ਼ਾਹ ਸਾਹਿਬ, ਵੈਲਕਮ ਜੀ ਸਰ ਬਿਸਮਿਲਾ ਜੀ। ਸਾਡੇ ਇੱਜ਼ਤ ਵਾਲੇ ਪ੍ਰਧਾਨ, ਬਹੁਤ ਹੀ ਖੂਬਸੂਰਤ ਬੁਲਾਰਾ, ਇੰਟਰਨੈਸ਼ਨਲ ਕਬੱਡੀ ਕੰਪੀਟੀਸ਼ਨ ਬਲਕ ਸਰਦਰ ਸ਼ਾਹ ਸਾਹਿਬ, ਵੈਲਕਮ ਜੀ ਸਰ ਬਿਸਮਿਲਾ। ਔਰ ਪਹਿਲਾ ਮੈਚ ਬੈਂਜੀ ਮਲਕ ਕਬੱਡੀ ਕਲੱਬ 356 ਔਰ ਹਾਫਜ਼ ਫਰਿਆਦ ਕਬੱਡੀ ਕਲੱਬ 371 ਬਾਈ, ਦੋਨੇ ਟੀਮਾਂ ਬਰਾਏ ਮਿਹਰਬਾਨੀ ਰੈਡੀ ਹੋ ਜਾਓ। ਇਸ ਮੈਚ ਤੋਂ ਬਾਅਦ ਦੋਨੇ ਟੀਮਾਂ ਦਾ ਮੈਚ ਹੈ, ਬਰਾਏ ਮਿਹਰਬਾਨੀ ਪਹਿਲੀਆਂ ਦੋਨੇ ਕਬੱਡੀ ਟੀਮਾਂ ਮਲਕ ਕਬੱਡੀ ਕਲੱਬ 356 ਬਾ ਮੁਕਾਬਲਾ ਹਾਫਜ਼ ਫਰਿਆਦ ਕਬੱਡੀ ਕਲੱਬ। ਔਰ ਦੇਖ ਆ ਗਿਆ ਬਲਾਲ, ਬਲਾਲ ਦਾ ਬੋਲਿਆ ਧਾਵਾ, ਦੇਖ ਸੱਜੀ ਕੰਨੀ ਤੋਂ ਨਿਕਲ ਕੇ ਮੁੰਡਾ ਲੱਗਾ, ਆਹ ਦੇਖ ਬਣਦਾ ਕੀ ਆ, ਬਣਦਾ ਕੀ ਆ, ਬਣਦਾ ਕੀ ਆ। ਫਲਕ ਸਾਹਿਬ ਨੂੰ ਮੈਚ ਜਿਹੜਾ ਨਾ ਵਾਇਰਸ ਮੈਚ ਦੇ ਦਿਓ, ਠੀਕ ਹੈ। ਅਗਲੀ ਗੱਲ ਕਰਨੀ ਬਲਕ ਸਫਤਰ ਸ਼ਾਹ ਸਰ, ਬਹੁਤ ਸ਼ੁਕਰੀਆ। ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, رب اشرح لي صدري ويسر لي امري واحلل عقدة من لساني يفقهوا قولي يا رب لك الحمد كما ينبغي لجلال وجهك وعظيم سلطانك اور تیری اوٹ پناہ خدایا ہور نہیں کچھ بھی سجدا تے جس دیوے نو تو آپے بالے ਕਦੋਂ ਕਿਸੇ ਤੋਂ ਬੁਝਦਾ, ਜਿਸ ਦੀਵੇ ਨੂੰ ਤੂੰ ਆਪੇ ਬਾਲੇ ਕਦੋਂ ਕਿਸੇ ਤੋਂ ਬੁਝਦਾ, ਹਰ ਇਬਤਦਾ ਸੇ ਪਹਿਲੇ ਹਰ ਇੰਤਹਾ ਕੇ ਬਾਅਦ, ਜ਼ਾਤੇ ਨਬੀ ਬੁਲੰਦ ਹੈ ਜ਼ਾਤੇ ਖੁਦਾ ਕੇ ਬਾਅਦ, ਔਰ ਦੁਨੀਆ ਮੇ ਇਹਤਰਾਮ ਕੇ ਕਾਬਲ ਹੈ ਜਿਤਨੇ ਲੋਕ, ਮੈਂ ਸਭ ਕੋ ਮਾਨਤਾ ਹੂੰ ਮਗਰ ਮੁਸਤਫਾ ਕੇ ਬਾਅਦ, ਮੈਂ ਸਭ ਕੋ ਮਾਨਤਾ ਹੂੰ ਮਗਰ ਮੁਸਤਫਾ ਕੇ ਬਾਅਦ, ਕਿ ਸ਼ੁਰੂ ਉਹਦੇ ਨਾਂ ਤੋਂ ਮੈਂ ਗੱਲ ਕਰਨਾ ਚਾਹੁੰਦਾ, ਬਈ ਸਭ ਆਪਣੇ ਮਸਲੇ ਮੈਂ ਹੱਲ ਕਰਨਾ ਚਾਹੁੰਦਾ, ਜੋ ਲਾ ਰਹੇ ਫੁੱਲਾਂ ਤੇ ਕਲੀਆਂ ਦਾ ਰੱਬ, ਜੋ ਨਬੀਆਂ ਰਸੂਲਾਂ ਤੇ ਵਲੀਆਂ ਦਾ ਰੱਬ, ਮੰਗੋ ਜੇ ਥੋੜਾ ਉਹ ਦਿੰਦਾ ਰਜਾਏ, ਮੈਨੂੰ ਤੇ ਸਾਗਰ ਬਸੈਨਾ ਪਤਾ ਏ, ਉਹ ਤੇਰਾ ਖੁਦਾ ਏ, ਉਹ ਮੇਰਾ ਖੁਦਾ ਏ, ਮੈਨੂੰ ਤੇ ਸਾਗਰ ਬਸੈਨਾ ਪਤਾ ਏ, ਉਹ ਤੇਰਾ ਖੁਦਾ ਏ, ਉਹ ਮੇਰਾ ਖੁਦਾ ਏ, ਔਰ ਮੇਰੇ ਅਰਬ ਸ਼ਰੀਫ ਤੇ ਚੰਨ ਵਰਗਾ ਪੈਦਾ ਸਾਹਿਬ ਜਮਾਲ ਨਹੀਂ ਹੋ ਸਕਦਾ, ਬਲਕਿ ਸਾਰੇ ਜ਼ਮਾਨੇ ਦੇ ਸ਼ਾਇਰਾਂ ਦਾ
ਐਡਾ ਸੋਹਣਾ ਖਿਆਲ ਨਹੀਂ ਹੋ ਸਕਦਾ ਤੇ ਉਹਦਾ ਸਾਨੀ ਤੇ ਕੁੱਲ ਕਾਇਨਾਤ ਦੇ ਅੰਦਰ ਕੋਈ ਮਾਈ ਦਾ ਲਾਲ ਨਹੀਂ ਹੋ ਸਕਦਾ। ਨਾਸਿਰ ਉਹਦੀ ਮਿਸਾਲ ਤੇ ਇੱਕ ਪਾਸੇ ਪੈਦਾ ਦੂਜਾ ਬਿਲਾਲ ਨਹੀਂ ਹੋ ਸਕਦਾ। ਨਾਸਿਰ ਉਹਦੀ ਮਿਸਾਲ ਤੇ ਇੱਕ ਪਾਸੇ ਪੈਦਾ ਦੂਜਾ ਬਿਲਾਲ ਨਹੀਂ ਹੋ ਸਕਦਾ। ਸ਼ਾਹ ਮਰਦਾ ਸ਼ੇਰ ਜਜ਼ਦਾ ਕੁਫਤੇ ਪਰਵਰਦੀਗਾਰ ਲਾਫਤਾ ਇਲਾ ਅਲੀ ਲਾ ਸੈਫ ਇਲਾ ਜ਼ੁਲਫਕਾਰ ਲਾਫਤਾ ਇਲਾ ਅਲੀ ਲਾ ਸੈਫ ਇਲਾ ਜ਼ੁਲਫਕਾਰ ਔਰ ਇੱਕੋ ਹੀ ਸ਼ਹਿਰ ਦੇ ਰੱਬ ਸੱਚੇ ਨੇ ਰੱਖ ਛੱਡੇ ਤੋਂ ਨਾ ਅਰਸ਼ਾਂ ਉੱਤੇ ਜੰਨਤ ਸਾਵਲ ਦੁਨੀਆਂ ਦੇ ਵਿੱਚ ਮਾਂ ਇੱਕੋ ਹੀ ਸ਼ਹਿਰ ਦੇ ਰੱਬ ਸੱਚੇ ਨੇ ਰੱਖ ਛੱਡੇ ਤੋਂ ਨਾ। ਨਾਲੇ ਈਦਾਂ ਤੇ ਸ਼ਬਰਾਤਾਂ ਆਈਆਂ ਸਾਰੇ ਲੋਕ ਘਰਾਂ ਨੂੰ ਆਏ ਉਹ ਨਾ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀ ਦਫਨਾਏ ਉਹ ਨਾ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀ ਦਫਨਾਏ। ਔਰ ਇੰਤਹਾਈ ਸ਼ੁਕਰੀਏ ਦੇ ਨਾਲ ਚੱਕ ਨੰਬਰ 98 ਜੀਂਬੇ ਤਹਿਸੀਲ ਗੋਜਰੇ ਦੇ ਇਸ ਚੱਕ ਦੇ ਬਸਰ ਵਾਲਿਆਂ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਜਿਹੜੇ ਹਰ ਸਾਲ ਮਗਰੋਂ ਗੁੱਜਰ ਦਰਵੇਸ਼ ਆਲ ਓਪਨ ਕਬੱਡੀ ਟੂਰਨਾਮੈਂਟ ਤਰਤੀਬ ਦਿੰਦੇ ਨੇ ਔਰ ਸਾਰਾ ਪਿੰਡ ਮੋਢੇ ਨਾਲ ਜੋੜਦਾ ਮੋਢਾ ਔਰ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਬਹੁਤ ਸਾਰੀ ਮੁਹੱਬਤ ਤੇ ਸਨੇਹ ਦੇ ਪਿਆਰ ਨੂੰ ਸਲਾਮ ਪੇਸ਼ ਕਰਦੇ ਹਾਂ ਉਸਤਾਦ ਸ਼ਾਦਾ ਗੁੱਜਰ ਜੀ ਬਹੁਤ ਬਹੁਤ ਸ਼ੁਕਰੀਆ ਕਿ ਨਿੱਕਿਆਂ ਵੀਰਾਂ ਨੂੰ ਥਾਪੜੇ ਮਾਰ ਮਾਰ ਕੇ ਨਾਲ ਜੋੜਦਾ ਕਿ ਆਪਾਂ ਪੰਜਾਬੀਆਂ ਦੀ ਇਸ ਖੇਡ ਨੂੰ ਅੱਗਾ ਵਧਾਉਣਾ। ਸ਼ਾਦਾ ਗੁੱਜਰ ਜੀ ਬਹੁਤ ਸ਼ੁਕਰੀਆ। ਸ਼ਾਨੀ ਘੋੜਾ ਵੀਰ ਬਹੁਤ ਬਹੁਤ ਸ਼ੁਕਰੀਆ। ਰਾਣਾ ਕੁਰਬਾਨ ਵੀਰ ਦਾ ਬਹੁਤ ਸ਼ੁਕਰੀਆ। ਸ਼ਾਨੀ ਰਾਜਾ ਜ਼ਬੈਰ ਏਕਮ ਫੇੜ ਦੀ ਕਬੱਡੀ ਦਾ ਸਟਾਰ ਜਾਫੀਆ ਮੁੰਡਾ ਐਸੇ ਪਿੰਡ ਦਾ ਵਾਸਤਾ ਜ਼ਬੈਰ ਰਾਣਾ ਜ਼ਬੈਰ ਏਕਮ ਜੀ ਇਫਤਖਾਰ ਗੁੱਜਰ ਵੀਰ ਤੇ ਬਾਕੀ ਸਾਰੇ ਪਿੰਡ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਜੋੜਿਆ ਨਾਲ ਮੋਢਾ। ਲਓ ਜੀ ਪਹਿਲਾ ਮੁਕਾਬਲਾ ਚੱਕ ਨੰਬਰ 356 ਅਰਸ਼ਦ ਮਲਕ ਮਲਕ ਕਬੱਡੀ ਕਲੱਬ ਬਾ ਮੁਕਾਬਲਾ ਹਾਫਜ਼ ਫਰਿਆਦ ਅਤਾਰੀ ਹਾਫਜ਼ ਫਰਿਆਦ ਅਤਾਰੀ ਕਬੱਡੀ ਕਲੱਬ 371 ਜੀਂਬੇ ਗੱਡਾ ਸਿੰਘ ਟੀਮਾਂ ਜ਼ਰਾ ਦੋਹੇ ਤਿਆਰ ਹੋ ਕੇ ਕਦੇ ਟੀਮ ਗਰਾਊਂਡ 'ਚ ਪਹੁੰਚ ਜਾਣ। ਮਲਕ ਅਰਸ਼ਦ ਸਾਹਿਬ 356 ਮਲਕ ਕਬੱਡੀ ਕਲੱਬ ਬਾ ਮੁਕਾਬਲਾ ਹਾਫਜ਼ ਫਰਿਆਦ ਅਤਾਰੀ ਕਬੱਡੀ ਕਲੱਬ ਕਬੱਡੀ ਦੀ ਬੱਲੇ ਬੱਲੇ ਹੋਣ ਲੱਗੀ ਆ ਕਬੱਡੀ ਦੀ ਧੰਨ ਧੰਨ। ਸ਼ਾਦਾ ਗੁੱਜਰ ਜੀ ਬਹੁਤ ਬਹੁਤ ਸ਼ੁਕਰੀਆ। ਰਾਣਾ ਗੁਰਬਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ। ਰਾਣਾ ਜ਼ਬੈਰ ਸਾਹਿਬ ਬਹੁਤ ਸ਼ੁਕਰੀਆ। ਸ਼ਾਨੀ ਘੋੜਾ ਜੀ ਸਹੀਦ ਗੁੱਜਰ ਮੀਆਂ ਸ਼ਬੀਰ ਸਾਹਿਬ ਅਹਿਸਾਨ ਹੱਕ ਗੁੱਜਰ ਸਾਹਿਬ ਜੁਮਾ ਖਾਨ ਸਾਹਿਬ ਸ਼ਾਨੀ ਗੁੱਜਰ ਸ਼ਾਨੀ ਗੁੱਜਰ 299 ਰਾਣਾ ਅਲੀ ਰਜ਼ਾ ਸਾਹਿਬ ਬਲਾਲ ਗੁੱਜਰ ਸਨਾਉਲਾ ਗੁੱਜਰ ਅਮਾਨੁਲਾ ਗੁੱਜਰ ਆਮਰ ਸਜਾਦ ਗੁੱਜਰ ਅਦਨਾਨ ਸਾਗਰ ਗੁੱਜਰ ਇਹਨਾਂ ਮਿੱਤਰਾਂ ਦਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਮੁਕਾਬਲੇ ਵਾਸਤੇ ਟੀਮਾਂ ਦਾ ਗਰਾਊਂਡ ਚਾਹੁੰਦੇ ਨੇ ਕਰੀ ਔਰ ਚੌਧਰੀ ਹਮਦ ਜੱਟ ਕਾਟਨ ਵੇਸਟ ਫੈਕਟਰੀ ਵਾਲੇ ਫੈਸਲਾਬਾਦ ਚੌਧਰੀ ਸ਼ਫੀਕ ਗੁੱਜਰ KLS ਕਾਟਨ ਪ੍ਰੋਸੈਸਿੰਗ ਇੰਡਸਟਰੀ ਫੈਸਲਾਬਾਦ ਬਹੁਤ ਬਹੁਤ ਸ਼ੁਕਰੀਆ। ਥੋੜ੍ਹੀ ਦੇਰ ਤੱਕ ਸਾਡੇ ਮੌਜੂਦ ਮਹਿਮਾਨ ਬਣਨਗੇ ਇਹਨਾਂ ਦੇ ਨਾਲ ਨਾਲ ਚੌਧਰੀ ਰਿਆਜ਼ ਗੁੱਜਰ ਸਾਹਿਬ 98 ਜੀਂਬੇ ਗੋਲੀਆਂ ਚੌਧਰੀ ਹਮਦ ਜੱਟ ਕਾਟਨ ਵੇਸਟ ਫੈਕਟਰੀ 77 ਟਿੱਬਾ ਦਬਜ ਜ਼ਿੰਦਾਬਾਦ ਚੌਧਰੀ ਸ਼ਫੀਕ ਗੁੱਜਰ ਆੜਤੀ ਚੌਧਰੀ ਨੁਮਾਨ ਗੁੱਜਰ ਸਾਹਿਬ ਚੌਧਰੀ ਹਸਨ ਗੁੱਜਰ ਸਾਹਿਬ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ 77 ਟਿੱਬਾ ਫੈਕਟਰੀ ਤੋਂ ਸਾਡੇ ਮੌਜੂਦ ਮਹਿਮਾਨ ਅੱਪੜਦੇ ਪਏ ਨੇ ਚੌਧਰੀ ਹਮਦ ਜੱਟ ਸਾਹਿਬ ਚੌਧਰੀ ਸ਼ਫੀਕ ਗੁੱਜਰ ਸਾਹਿਬ ਜ਼ਿੰਦਾਬਾਦ ਜੀ। ਪਹਿਲੇ ਮੁਕਾਬਲੇ ਵਾਸਤੇ ਟੀਮਾਂ ਦਰਾ ਗਰਾਊਂਡ ਚ ਆ ਜਾਣ ਬਹੁਤ ਸ਼ੁਕਰੀਆ। ਦਰਵੇਸ਼ ਕਬੱਡੀ ਕਲੱਬ ਔਰ 367 ਜਲਿਆਂ ਵਾਲੇ ਨੌਜਵਾਨ ਖਿਡਾਰੀ
ਇਸ ਗੱਲ ਖੇਡਦੇ ਪਏ ਨੇ। ਇਸ ਤੋਂ ਬਾਅਦ ਜੀ ਅਸਾਦ ਗੁਲਾਮ ਮੁਹੰਮਦ ਗਾਮੀ ਸਾਹਿਬ ਇੰਟਰਨੈਸ਼ਨਲ ਮੈਚ ਰੈਫਰੀ, ਔਰ ਬਹੁਤ ਸ਼ੁਕਰੀਆ ਅਦਾ ਕਰਨੇ ਜੀ ਸਾਡਾ ਕੁਝ ਰਾਣਾ ਆਸ਼ਿਕ ਟਰੈਕਟਰ ਵਾਲਾ ਮੇਰਾ ਵੀਰਾ, ਇਹਨੇ ਨੌਜਵਾਨਾਂ ਨਾਲ ਪਿਆਰ ਕੀਤਾ, ਆਪਣੇ ਪਿੰਡ ਦੀ ਧਰਤੀ ਨਾਲ ਪਿਆਰ ਕੀਤਾ, ਇਸ ਮਿੱਟੀ ਨਾਲ ਪਿਆਰ ਕੀਤਾ ਰਾਣਾ ਆਸ਼ਿਕ ਸਾਹਿਬ ਟਰੈਕਟਰ। ਬਹੁਤ ਸ਼ੁਕਰੀਆ ਕਿ ਨੌਜਵਾਨ ਖਿਡਾਰੀਆਂ ਨੂੰ ਤੇ ਪਿੰਡ ਵਾਲਿਆਂ ਗੱਭਰੂਆਂ ਨੂੰ ਗਰਾਊਂਡ ਮੁਕੰਮਲ ਤੌਰ ਤੇ ਤਿਆਰ ਕਰਕੇ ਦਿੱਤਾ ਰਾਣਾ ਆਸ਼ਿਕ ਜੀ, ਬਹੁਤ ਸ਼ੁਕਰੀਆ। ਸਹੀਦ ਕਿਸਾਨਾਂ 373, ਬਹੁਤ ਬਹੁਤ ਸ਼ੁਕਰੀਆ। ਸ਼ਾਨੀ ਗੁੱਜਰ 299, ਸ਼ਫੀਕ ਗੁੱਜਰ ਨੰਬਰਦਾਰ ਚੱਕ ਨੰਬਰ 98 ਕੋਲੀ। ਆਓ ਜੀ ਟੀਮਾਂ ਮਲਕ ਕਬੱਡੀ ਕਲੱਬ ਔਰ ਹਾਫਿਜ਼ ਫਰਿਆਦ ਅਤਾਰੀ ਕਬੱਡੀ ਕਲੱਬ ਟੀਮਾਂ ਗਰਾਊਂਡ 'ਚ ਆ ਜਾਣ ਤਾਂ ਕਿ ਹੁਣ ਕਬੱਡੀ ਦਾ ਆਗਾਜ਼ ਕਰੀਏ। ਗੁੱਜਰ ਦਰਵੇਸ਼ ਸ਼ਾਹ ਓਪਨ ਕਬੱਡੀ ਟੂਰਨਾਮੈਂਟ ਦਾ ਆਗਾਜ਼ ਕਰੀਏ। ਈ ਤੋਂ ਤੀਜਾ ਦਿਹਾੜਾ ਹਰ ਸਾਲ ਸ਼ਹਾਦਾ ਗੁੱਜਰ ਵੀਰ ਇਹ ਕਬੱਡੀ ਦਾ ਮੇਲਾ ਤਰਤੀਬ ਦਿੰਦੇ ਨੇ। ਜ਼ਿੰਦਾਬਾਦ ਜੀ, ਜ਼ਿੰਦਾਬਾਦ। ਆਜੋ ਜ਼ਰਾ ਟੀਮਾਂ ਗਰਾਊਂਡ 'ਚ ਆ ਜਾਣ ਕੇ ਕਬੱਡੀ ਕੰਮ ਨੇ ਯਾਰ ਵੇ ਜੁਰਤਿਆਂ ਦਾ, ਜੁਰਤਮੰਦ ਬੰਦਾ ਬਾਜ਼ੀ ਮਾਰ ਜਾਂਦਾ, ਪਿੰਡ ਵਿੱਚ ਖੁਰਾਕਾਂ ਨੇ ਕੰਮ ਆਉਣਾ, ਖਾਦਾ ਪੀਤਾ ਮੈਦਾਨ ਸਵਾਰ ਜਾਂਦਾ। ਔਰ ਮੇਰਾ ਵੀਰਾ ਦੀਕ ਵਿਰਕ ਤਲਵੰਡੀ, ਵੇਟ ਦੀ ਕਬੱਡੀ ਹੋਵੇ ਭਾਵੇਂ ਦੂਸਰੀ ਕਬੱਡੀ ਹੋਵੇ, ਓਵਰ ਵੇਟ ਕਬੱਡੀ ਵੀ ਇਸ ਟਾਈਮ ਨੈਸ਼ਨਲ ਲੈਵਲ ਦੀ ਕਬੱਡੀ ਦੇ ਨੌਜਵਾਨ ਨੇ ਕਲੱਬ ਜੋੜਿਆ ਹੋਇਆ ਔਰ ਪਿੰਡ ਪਿੰਡ ਜਾ ਕੇ ਗੱਭਰੂਆਂ ਨੂੰ ਕਬੱਡੀ ਵੱਲ ਖਿੱਚ ਕੇ ਲਿਆਉਣ ਦਿਆ। ਅਤੀਕ ਵਿਰਕ ਵੀਰਾ ਲਵ ਜੂ ਜ਼ਿੰਦਾਬਾਦ, ਇਧਰ ਆਏ ਸਟੇਜ ਵੱਲ ਜਰਾ ਭਾਈ ਸਾਹਿਬ ਦੀ ਗੱਲ ਵੀ ਸੁਣ ਜਾ। ਅਤੀਕ ਵਿਰਕ ਵੀਰ ਪਾਕਿਸਤਾਨ ਆਰਮੀ, ਇਸ ਵੀਰ ਨੇ ਕਬੱਡੀ ਦੇ ਨਾਲ ਨਾਲ ਬਹੁਤ ਸਾਰੀ ਯੂਨੀਵਰਸਿਟੀ ਦੀ ਕੋਚਿੰਗ ਕੀਤੀ, ਪਾਕਿਸਤਾਨ ਆਰਮੀ ਦੀ ਕੋਚਿੰਗ ਕੀਤੀ, ਯੂਨਿਟ ਦੀ ਕੋਚਿੰਗ ਕੀਤੀ, ਫਿਰ ਬਹੁਤ ਸਾਰੇ ਗੱਭਰੂਆਂ ਨੂੰ ਪਾਕਿਸਤਾਨ ਆਰਮੀ ਦੇ ਨਾਲ ਜੋੜਿਆ, ਸੌਵਾਂ ਦੀ ਤਾਦਾਦ 'ਚ ਗੱਭਰੂ। ਜ਼ਿੰਦਾਬਾਦ ਜੀ। ਆਓ ਜੀ ਮਲਕ ਕਬੱਡੀ ਕਲੱਬ ਔਰ ਹਾਫਿਜ਼ ਫਰਿਆਦ ਅਤਾਰੀ ਕਬੱਡੀ ਕਲੱਬ ਇੰਤਜ਼ਾਮਾਤ ਚੰਗੇ ਲੱਗੇ ਨੇ, ਇੱਕ ਵਾਰੀ ਤਾੜੀ ਮਾਰ ਦਿਓ ਫਿਰ ਕਬੱਡੀ ਚੰਗੀ ਹੋਵੇਗੀ, ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਕਹਿਣ ਤੇ। ਔਰ ਇੰਤਜ਼ਾਮੀਆ ਕਮੇਟੀ ਦੇ ਐਲਾਨ ਆ ਕਿ ਇੰਤਜ਼ਾਮੀਆ ਦਾ ਵੀ ਕੋਈ ਬੰਦਾ ਗਰਾਊਂਡ ਨਹੀਂ ਜਾਏਗਾ, ਇਸ ਕਰਕੇ ਕੋਈ ਬੰਦਾ ਬਾਹਰੋਂ ਅੰਦਰ ਆਉਣ ਦੀ ਕੋਸ਼ਿਸ਼ ਨਾ ਕਰੇ। ਇਹ ਜਾਲ ਇੱਕ ਨਿਸ਼ਾਨੀ ਹੈ, ਧਾਗੇ ਰੱਸੀ ਇੱਕ ਨਿਸ਼ਾਨੀ ਹੈ, ਸਮਝਦਾਰ ਬੰਦਿਆਂ ਵਾਸਤੇ, ਪੜ੍ਹੇ ਲਿਖਿਆ ਬੰਦਿਆਂ ਵਾਸਤੇ, ਖਾਨਦਾਨੀ ਬੰਦਿਆਂ ਵਾਸਤੇ। ਔਰ ਮੈਂ ਸਮਝਦਾ ਕਿ ਸਮਝਦਾਰ ਬੰਦੇ ਐਲਾਨ 'ਤੇ ਅਸਰ ਕਰਦੇ ਨੇ, ਖਾਨਦਾਨੀ ਬੰਦੇ ਐਲਾਨ ਦਾ ਅਸਰ ਲੈਂਦੇ ਨੇ। ਕੋਈ ਬੰਦਾ ਇਸ ਧਾਗੇ ਤੋਂ, ਇਸ ਰੱਸੀ ਤੋਂ ਅੰਦਰ ਆਉਣ ਦੀ ਕੋਸ਼ਿਸ਼ ਨਾ ਕਰੇ। ਆਲੇ ਪਲੇਅਰ ਖੜੇ ਨੇ, ਰਿਜ਼ਰਵ ਬਾਹਰ ਚੱਲ ਜਾਣ, ਇਹ ਰਿਜ਼ਰਵ ਪਲੇਅਰ ਸਾਈਡ 'ਤੇ ਪਿਛਾ ਚੱਲ ਜਾਣ। ਬਹੁਤ ਸ਼ੁਕਰੀਆ। ਔਰ ਟੀਮਾਂ ਦੇ ਨਾਲ ਸਿਰਫ ਇੱਕ ਕੋਚ ਆਏਗਾ, ਸਿਰਫ ਇੱਕ ਕੋਚ ਆਦਾ ਭਾਜੀ, ਇੱਕ ਕੋਚ ਆਏਗਾ, ਇਸ ਤੋਂ ਇਲਾਵਾ ਕੋਈ ਬੰਦਾ ਕਹਿੰਦੇ ਗਰਾਊਂਡ 'ਚ ਨਹੀਂ ਆਏਗਾ। ਪੁੱਤਰ ਤੁਹਾਨੂੰ ਕਹਿਣ ਦਿਆਂ ਬੰਦੇ ਪਿਛਾ ਚੱਲ ਜਾਓ, ਇਹ ਗੋਲੀਆਂ ਦੇ ਬੰਦੇ ਔਰ ਦੂਸਰੇ ਜਿਹੜੇ ਮੁੰਡੇ ਖੁਰਦੇ ਨੇ ਦੂਸਰੇ ਪਿੰਡ ਦੇ, ਇਹ ਬੱਚੇ ਜਿਹੜਾ ਗਰਾਊਂਡ 'ਚੋਂ ਬਾਹਰ ਚੱਲਣਾ। ਬਹੁਤ ਸ਼ੁਕਰੀਆ ਭਾਈ ਰਿਆਸੀ ਸਾਹਿਬ ਸਾਹਿਬ ਜੀ, ਇਹ ਬੰਦਿਆਂ ਨੂੰ ਕਿਹੋ, ਬੱਚਿਆਂ ਨੂੰ ਚੱਲਣ, ਬਹੁਤ ਮਿਹਰਬਾਨੀ। ਜ਼ਿਆਦਾ ਬੁੱਟੀਆਂ ਦੇ ਖੜੇ ਹੋਣਗੇ, ਪੁੱਤਰ ਤੁਹਾਨੂੰ ਕਹਿਣ ਦਿਆਂ ਬੁੱਟੀਆਂ ਦਾ ਨਹੀਂ ਖੜੇ ਹੋਣਾ। ਕਬੱਡੀ ਗਰਾਊਂਡ 'ਚ ਸਿੱਖਣ ਦੇ ਨਾਲ ਨਾਲ ਕਬੱਡੀ ਦੇ ਜਿਹੜਾ ਰੂਲ ਵੀ ਸਿੱਖੋ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਉਸਤਾਦ ਨਸੀਰ ਅਹਿਮਦ ਜੱਟ ਕਾਦਰਾਬਾਦ, ਕੋਚ ਪਾਕਿਸਤਾਨ ਆਰਮੀ, ਸੂਬਾ ਪੰਜਾਬ ਦਾ ਮੰਨਿਆ ਪ੍ਰਮੰਨਿਆ ਕੋਚ, ਮੰਨਿਆ ਪ੍ਰਮੰਨਿਆ ਕਬੱਡੀ ਕਲੱਬ ਦਾ ਕੋਚ, ਕੋਚ ਪਾਕਿਸਤਾਨ ਆਰਮੀ, ਉਸਤਾਦ ਨਸੀਰ ਅਹਿਮਦ ਜੱਟ, ਚੱਕ ਨੰਬਰ 354 ਜੀ ਮੇ ਕਾਦਰਾਬਾਦ। ਉਸਤਾਦ ਜੀ, ਅਗਰ ਮੇਰੀ ਆਵਾਜ਼ ਤੁਹਾਡੇ ਤੱਕ ਜਾਂਦੀ ਪਈ ਆ, ਜ਼ਰਾ ਰਾਬਤਾ ਕਰਿਆ ਜੀ। ਉਸਤਾਦ ਸ਼ੀਰਾ ਜੱਟ ਕਾਦਰਾਬਾਦ, ਜ਼ਰਾ ਮੇਰੀ ਆਵਾਜ਼ ਅਗਰ ਤੁਹਾਡੇ ਤੱਕ ਜਾ ਰਹੀ ਆ,
ਰਾਬਤਾ ਕਰਿਆ ਜੀ ਭਾਈ ਸਾਡੇ ਨਾਲ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇਸ ਤੋਂ ਬਾਅਦ ਆਪਾਂ ਗੱਲਬਾਤ ਹੋਵਾਂਗਾ ਟੋਰਾਂਗੇ। ਮੈਂ ਵੇਖਣਾ ਪਿਆ ਕਿ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਦੀ ਕਾਫੀ ਤਾਦਾਦ ਆ, ਪੱਕੀਆਂ ਦਾੜੀਆਂ ਵਾਲੇ ਬਾਬੇ, ਚਿੱਟੀਆਂ ਪੱਗਾਂ ਵਾਲੇ ਬਾਬੇ, ਲੱਜਾਂ ਵਾਲੇ ਬਾਬੇ, ਇਹ ਨੌਜਵਾਨਾਂ ਨੂੰ ਸੀਸਾਂ ਦੇਣ ਵਾਸਤੇ ਆਏ ਨੇ, ਕਬੱਡੀ ਕੀ ਵੇਖਣੀ ਆ, ਇਹ ਗੱਭਰੂ ਪੁੱਤਰਾਂ ਨੂੰ ਥਾਪੜੇ ਤੇ ਦੁਆਵਾਂ ਦੇਣ ਵਾਸਤੇ ਆਏ ਨੇ। ਮਾਲਕ ਇਹਨਾਂ ਬਜ਼ੁਰਗਾਂ ਨੂੰ ਸਲਾਮਤ ਰੱਖੇ। ਬਾਬਾ ਜੀ ਕਹਿੰਦੇ ਆ ਨਾ ਕਿ ਇੱਕ ਥਾਂ ਬੀਤੇ ਸਮੇਂ ਸੁਹਾਨੇ, ਚੇਤੇ ਕਰਕੇ ਰੋਂਦੇ ਨੇ, ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰੋਂਦੇ ਨੇ, ਤੇ ਮਿੱਸੀ ਰੋਟੀ, ਗੁੜ ਦੇ ਚੌਲ, ਸਾਗ ਸਰੋਂ ਦੀਆਂ ਗੰਡਲਾਂ ਦਾ, ਦੇਸੀ ਘਿਓ ਤੇ ਦੇਸੀ ਖਾਣੇ, ਚੇਤੇ ਕਰਕੇ ਰੋਂਦੇ ਨੇ, ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰੋਂਦੇ ਨੇ। ਮਾਲਕ ਇਹਨਾਂ ਬਾਬਿਆਂ ਨੂੰ ਸਲਾਮਤ ਰੱਖੇ, ਬਹੁਤ ਸ਼ੁਕਰੀਆ। ਬਜ਼ੁਰਗ ਕਬੱਡੀ ਵੇਖਣ ਵਾਸਤੇ ਆਏ, ਕਿ ਵੱਡਿਆਂ ਬਜ਼ੁਰਗਾਂ ਦਾ ਸਾਇਆ ਰਵੇ ਸਿਰ ਤੇ, ਰੱਬ ਅੱਗੇ ਸਦਾ ਫਰਿਆਦ ਕਰੀਏ, ਵੱਡਿਆਂ ਬਜ਼ੁਰਗਾਂ ਦਾ ਸਾਇਆ ਰਵੇ ਸਿਰ ਤੇ। ਲੈ ਵੀ ਨੌਜਵਾਨਾਂ ਦੀ ਖੇਡ ਦੇਖੋ ਬੱਚਿਆਂ ਦੀ। ਜ਼ਿੰਦਾਬਾਦ ਜੀ। ਔਰ ਸਾਡੇ ਮਹਿਮਾਨ ਨੇ ਮੌਜੂਦ ਵੀ ਥੋੜ੍ਹੀ ਦੇਰ ਤੱਕ ਆ ਰਹੇ ਨੇ, ਰਾਣਾ ਆਸ਼ਿਕ ਸਾਹਿਬ ਡਾਇਰੈਕਟਰ ਵਾਲੇ, ਬਹੁਤ ਬਹੁਤ ਸ਼ੁਕਰੀਆ। ਟੀਮਾਂ ਮਲਕ ਅਰਸ਼ਦ ਕਬੱਡੀ ਕਲੱਬ ਔਰ ਹਾਫਿਜ਼ ਫਰਿਆਦ ਅਤਾਰੀ ਕਬੱਡੀ ਕਲੱਬ, ਟੀਮਾਂ ਜ਼ਰਾ ਗਰਾਊਂਡ 'ਚ ਪਹੁੰਚ ਜਾਣ, ਬਹੁਤ ਸ਼ੁਕਰੀਆ। ਔਰ ਪੁੱਤਰ ਤੁਹਾਨੂੰ ਕਹਿਣ ਡਿਆ ਪਿੱਛਾ ਚੱਲ ਜਾਓ, ਬੱਚੇ ਅੱਗੇ ਨਾ ਆਇਆ ਕਰੋ, ਇੱਥੇ ਨਹੀਂ ਖਲੋਈਦਾ ਮੇਰੇ ਪੁੱਤਰ, ਇਹ ਆਦਤ ਪਈ ਫਿਰ ਸਾਰੀ ਉਮਰ ਨਹੀਂ ਜਾਂਦੀ, ਪਿੱਛਾ ਖਲੋਈਦਾ ਜਾ ਕੇ, ਪੁੱਤੀਆਂ ਚੜ੍ਹ ਕੇ ਖਲੋਣ ਦੀ ਕੀ ਤੁੱਕ ਬਣਦੀ ਹੈ। ਮੇਰੇ ਪੁੱਤਰੋ ਸ਼ਾਬਾਸ਼, ਚੱਲ ਜਾਓ ਮੇਰੇ ਬੱਚੇ, ਅੱਲਾ ਦੇ ਫਜ਼ਲੋ ਕਰਮ ਨਾਲ ਗਰਾਊਂਡ 'ਚ ਬੰਦਾ ਕੋਈ ਨਹੀਂ ਆਏਗਾ, ਇਨਸ਼ਾਅੱਲਾ ਮੇਰਾ ਮਾਲਕ ਕਰਮ ਰੱਖੇ। ਇੰਤਜ਼ਾਮੀਆ ਕਮੇਟੀ ਦੇ ਬੰਦੇ ਵੀ ਕਹਿੰਦੇ ਅਸੀਂ ਨਹੀਂ ਜਾਵਾਂਗੇ, ਦਾਇਰੇ 'ਤੇ ਖਲੋ ਕੇ ਕਬੱਡੀ ਦੇਖਾਂਗੇ। 11-11 ਖਿਡਾਰੀ ਹੋਣਗੇ, ਦੇਖ ਕੇ ਕੋਚ ਹੋਏਗਾ, ਕਬੱਡੀ ਦੀ ਬੱਲੇ ਬੱਲੇ ਹੋਏਗੀ। ਬੰਦੇ ਪਿੱਛੇ ਚੱਲ ਜਾਓ, ਜ਼ਿੰਦਾਬਾਦ ਜੀ। ਚੱਲ ਵੀ ਸੁਣਿਆ ਬਾਹਾਂ ਦਾ ਕਬੱਡੀ, ਹਾਂ ਦੇਖ ਮੋਰੇ ਚਾਰ ਜਾਫੀ ਬਿਲਕੁਲ ਤਿਆਰ ਬਰ ਤਿਆਰ ਖੜੇ ਆ, ਦੇਖ ਬਣਦਾ ਕੀ ਆ, ਸੱਜੀ ਗੰਨੀ ਤੋਂ ਨਿਕਲ ਕੇ ਆ, ਦੇਖ ਮੁੰਡਾ ਕਰਦਾ ਕਮਾਲ, ਆ ਕਰਦਾ ਕਮਾਲ, ਦੇਖ ਕਰਦੇ ਚੱਕੇ ਜਾਮ, ਹਾਏ ਹਾਏ ਪਾਲਿਆ ਰੈਂਜ, ਹਾਏ ਹਾਏ ਹਾਏ, ਆ ਪਿੰਡ ਲਿਓ ਜੇ ਕਬੱਡੀ ਦਾ ਸਵਾਦ ਆ ਰਿਹਾ ਤੇ ਤਾੜੀ ਮਾਰ ਕੇ ਦੱਸੋ ਅੰਦਰਾ, ਓਨੇ ਕੁ ਬੰਦੇ ਨੂੰ ਆਇਆ ਬਸ ਜਿਹੜੇ ਕੋਲੇ ਬੈਠੇ, ਸੁਣ ਲਿਆ, ਅੱਲਾ ਤੈਨੂੰ ਸਲਾਮਤ ਰੱਖੇ, ਜਰਾ ਇਹਦੀ ਵੀ ਆਵਾਜ਼ ਖੋਲ ਦੇ, ਮੇਰੇ ਲਾਜ਼ਮੀ ਪੇਪਰ, ਮੈਂ ਹੁਣ ਮੈਚ ਕਰ ਗਿਆ ਨਨਕਾਣਿਓ, ਤੇ ਬਹੁਤ ਬੱਸ ਹੋਈ ਹੁੰਦੀ ਮੈਚ ਕਰਕੇ, ਉੱਤੋਂ ਸਫ਼ਰ ਬਹੁਤ ਕੀਤਾ। ਆ ਰਿਹਾ ਗਿਆ ਕਬੱਡੀ ਦੇ ਬਾਰੇ ਤੇ ਫਿਰ ਇੱਕ ਵਾਰੀ ਦੇਖ, ਚੱਲ ਵੀ ਸੁਣਿਆ ਬਾਹਾਂ ਦਾ ਕਬੱਡੀ, ਆ ਦੇਖ ਬਣਦਾ ਕੀਤੀਆਂ ਸਕਿੰਡਾਂ ਦਾ ਟਾਈਮ, ਹਾਏ 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 ਹਾਏ, ਮਾਜਦ ਗੁੱਜਰ ਗੁੱਜਰ ਗੁੱਜਰ, ਮਾਜਦ ਗੁੱਜਰ ਮਾਜਦ ਗੁੱਜਰ, ਰਾਹ ਡੱਕਣ ਦੀਆਂ ਟਰਾਈਆਂ, ਆ ਰੱਖ ਲਿਆ ਨੇੜੇ ਕਰ ਲਿਆ ਕਾਬੂ, ਬਗਲਾ ਭਰ ਲੀਆਂ, ਹਾਏ 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 ਹਾਏ, ਹਾ 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 ਹਾ, ਕੀ ਬਾਤ ਆ, ਬੱਲੇ 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 ਬੱਲੇ, ਕਿਹੜਾ ਮਾਜਦ ਗੁੱਜਰ ਵਾਸਤੇ ਤਾੜੀ ਨਾ ਮਾਰੇ, ਲੱਗ ਜੇ ਮੁੰਡੀ ਦੇ ਥੱਲੇ ਥੱਲੇ ਥੱਲੇ, ਮਾਜਦ ਗੁੱਜਰ ਇੱਧਰ ਆ ਹਜ਼ਰਾ, ਹਾਂ ਤੇਰਾ ਵੀਰ ਇੰਦਰੋਂ ਇਨਾਮ ਮਾਰਦੀ ਬਰਸਾਤ, ਔਰ ਬਹੁਤ ਸ਼ੁਕਰੀਆ ਜੀ। ਪਾਕਿਸਤਾਨ ਦੀ ਕਬੱਡੀ ਦਾ ਇੱਕ ਬਿਗ ਨਾਮ, ਬ੍ਰਾਂਡ ਨਾਮ ਮਲਕ ਸਫਦਰ ਸ਼ਾਹ ਸਾਹਿਬ, ਦਿਲ ਦੀਆਂ ਦੂਹੀਆਂ ਥਾਵਾਂ ਤੋਂ ਵੈਲਕਮ ਕਰਦੇ ਜੀਆਂ ਨੂੰ ਸਾਥ, ਬਿਸਮਿਲਾ, ਅੱਲਾ ਬਾਦ ਸਾਡੇ ਵੀਰ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਦੇਵੇ। ਮਾਂ ਗੇੜ ਕਬੱਡੀ ਦਾ ਇੱਕ ਬਹੁਤ ਹੀ ਖੂਬਸੂਰਤ ਬਰਾਲਾ, ਔਰ
ਕਾਬਲ ਇਤਰਾਮ ਪਰਸਨੈਲਿਟੀ ਅੱਲਾਬਾਦ ਸਲਾਮਤ ਰੱਖੇ। ਰਾਣਾ ਸਲੀਮ ਕਰਦਾ ਹੋਇਆ ਪੂਰਾ ਪਿਆਰ ਮਾਜਦ ਗੁੱਜਰ ਬ੍ਰੈਂਡ ਆ ਮੁੰਡਾ ਤੁਮੀ ਆਹ ਦੇਖ ਛਾਣਵਾ ਸਰੀਰ ਹੈ ਇਸ ਮੁੰਡੇ ਦਾ ਦੇਖ ਬਣਦਾ ਬਾਈ ਟੀਮਾਂ ਆ ਜਾਓ ਬਰਾਏ ਮਿਹਰਬਾਨੀ ਰਾਣਾ ਤਲਹਾ ਰਾਣਾ ਤਲਹਾ ਰਾਣਾ ਤਲਹਾ ਪਰ ਗੱਡੀ ਤੇਜ਼ ਆ ਗੱਡੀ ਤੇਜ਼ ਆ ਬਾਈ ਟੀਮਾਂ ਆ ਜਾਓ ਬਰਾਏ ਮਿਹਰਬਾਨੀ ਮਲਕ ਫਰਿਆਦ ਕਬੱਡੀ ਆਪਸ ਫਰਿਆਦ ਕਬੱਡੀ ਕਲੱਬ ਔਰ ਮਲਕ ਕਬੱਡੀ ਕਲੱਬ ਬਾਈ ਦੋਨੇ ਟੀਮਾਂ ਆ ਜਾਓ ਬਰਾਏ ਮਿਹਰਬਾਨੀ ਜੀ ਮਲਕ ਸਰ ਜੀ ਆਓ ਜੀ ਟੀਮਾਂ ਜ਼ਰਾ ਵੇਲੇ ਦਾ ਨਾਸ ਕੀਤਿਆਂ ਬਗੈਰ ਗਰਾਊਂਡ 'ਚ ਆ ਜਾਣ ਕਬੱਡੀ ਆਪਾਂ ਇੰਝ ਹੀ ਗਰਾਊਂਡ ਬਣਿਆ ਰਹੇ ਜਦੋਂ ਮਿਸਟੇਕ ਨਾ ਕੋਈ ਹੋਵੇ ਕੋਈ ਵਾਇਲੇਸ਼ਨ ਨਾ ਹੋਵੇ ਕਿਉਂਕਿ ਜਦੋਂ ਖਿਡਾਰੀ ਲੇਟ ਆਉਂਦੇ ਨੇ ਗਰਾਊਂਡ 'ਚ ਫਿਰ ਪਬਲਿਕ ਪਰੇਸ਼ਾਨ ਹੋ ਜਾਂਦੀ ਆ ਸ਼ਾਇਕੀਨ ਪਰੇਸ਼ਾਨ ਹੁੰਦੇ ਨੇ ਇੰਤਜ਼ਾਮਾਤ ਪੂਰੇ ਨੇ ਹੁਣ ਟੀਮਾਂ ਗਰਾਊਂਡ 'ਚ ਆ ਜਾਣ ਹਾਫਲ ਫਰਿਆਦ ਅਤਾਰੀ ਕਬੱਡੀ ਕਲੱਬ ਮਲਕ ਅਰਸ਼ਦ ਕਬੱਡੀ ਕਲੱਬ ਬਹੁਤ ਸ਼ੁਕਰੀਆ ਟੀਮਾਂ ਜ਼ਰਾ ਗਰਾਊਂਡ 'ਚ ਆ ਜਾਣ ਬਹੁਤ ਮਿਹਰਬਾਨੀ 356 ਮਲਕ ਕਬੱਡੀ ਕਲੱਬ ਅਲੀ ਰੰਧਾਵਾ ਵੀਰ ਜੀ ਜ਼ਰਾ ਇੱਧਰ ਆਇਆ ਜੀ ਕਮੈਂਟਰੀ ਬਾਕਸ 'ਤੇ ਸ਼ਾਦਾ ਵੀਰ ਜੀ ਬਤਾ ਰਹੇ ਨੇ ਅਲੀ ਰੰਧਾਵਾ ਸਾਹਿਬ ਸ਼ਹਿਜ਼ਾਦੇ ਆ ਜਾਓ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜ਼ਿੰਦਾਬਾਦ ਜ਼ਿੰਦਾਬਾਦ ਜੀਓ ਸ਼ਹਿਜ਼ਾਦਿਆ ਇਹ ਗੱਭਰੂਆਂ ਦੇ ਘੋਲ ਵੇਖ ਲਿਓ ਕਹਿੰਦੇ ਆ ਸੂਲਾਂ ਜੰਮਦੀਆਂ ਦੇ ਮੂੰਹ ਤਰੀਕੇ ਹੁੰਦੇ ਆ ਸਦਕੇ ਨੌਜਵਾਨਾਂ ਜ਼ਿੰਦਾਬਾਦ ਜ਼ਿੰਦਾਬਾਦ ਜੀ ਝਾਦੇ ਗੁੱਜਰ ਦੇ ਬੱਬਰ ਸ਼ੇਰ ਰੋਂਦੇ ਹੋਏ ਆ ਗੋਲੀ ਬੱਲੇ ਬੱਲੇ ਅਠਾਨਵੇਂ ਗੋਲੀ ਔਰ ਇਹ ਸ਼ਾਨਾ ਬਾਗਾਂ ਦੀ ਧਰਤੀ ਦੇ ਉੱਤੇ ਸੋਹਣਾ ਤਰਤੀਬ ਦਿੱਤਾ ਹੋਇਆ ਟੂਰਨਾਮੈਂਟ ਬਹੁਤ ਸ਼ੁਕਰੀਆ ਜੀ ਇਹ ਸਾਰੇ ਵੀਰਾਂ ਦਾ ਪਿਆਰ ਮੁਹੱਬਤ ਅਜੀਬ ਮਿਲਦਾ ਹੈ ਔਰ ਇੱਕ ਵਾਰੀ ਫਿਰ ਐਲਾਨ ਕਰ ਦਈਏ ਉਸਤਾਦ ਅਖਤਰ ਸਾਹਿਬ ਗੋਜਰੀਆਂ ਨੇ ਮੈਚ ਰੈਫਰੀ ਉਸਤਾਦ ਗੁਲਾਮ ਮੁਹੰਮਦ ਕਾਮੀ ਸਾਹਿਬ ਇੰਟਰਨੈਸ਼ਨਲ ਮੈਚ ਰੈਫਰੀ ਇਹ ਰੈਫਰੀ ਦੇ ਕੋਲ ਪੂਰੇ ਇਖਤਿਆਰਾਤ ਨੇ ਰੈਫਰੀ ਦੀ ਗੱਲ ਨੂੰ ਕਿਸੇ ਕਿਸਮ ਦਾ ਕੋਈ ਚੈਲੰਜ ਨਹੀਂ ਕੋਈ ਕੋਚ ਕੋਈ ਖਿਡਾਰੀ ਰੈਫਰੀ ਨੂੰ ਡਿਸਟਰਬ ਨਾ ਕਰੇ ਅਗਰ ਆਪਾਂ ਕਬੱਡੀ ਦਾ ਬੋਲ ਬਾਲਾ ਚਾਹੁੰਦੇ ਹਾਂ ਕਬੱਡੀ ਦੀ ਜਿੱਤ ਚਾਹੁੰਦੇ ਹਾਂ ਫਿਰ ਰੈਫਰੀਆਂ ਦੀ ਗੱਲ ਮੰਨੀ ਜਾਏਗੀ ਉਸਤਾਦ ਅਖਤਰ ਸਾਹਿਬ ਕਬੱਡੀ ਨੂੰ ਸਮਝਣ ਵਾਲੇ ਜੀ ਨੇ ਉਸਤਾਦ ਗੁਲਾਮ ਮੁਹੰਮਦ ਕਾਮੀ ਸਾਹਿਬ ਕਬੱਡੀ ਨੂੰ ਸਮਝਣ ਵਾਲੇ ਜੀ ਨੇ ਜ਼ਿੰਦਾਬਾਦ ਆਓ ਜੀ ਟੀਮਾਂ ਜ਼ਰਾ ਗਰਾਊਂਡ 'ਚ ਆ ਜਾਣ ਕਬੱਡੀ ਦਾ ਆਗਾਜ਼ ਕਰੀਏ ਕਬੱਡੀ ਦੀ ਬੱਲੇ ਬੱਲੇ ਕਰੀਏ ਇੱਕ ਵਾਰੀ ਫੇਰ ਨੌਜਵਾਨ ਰਾਜਪੂਤ ਰਾਣਾ ਅਹਿਮਦ ਸਦਕੇ ਰਾਣੇ ਅਹਿਮਦ ਟਰਾਈ ਦਿੱਤੀ ਲੇਕਿਨ ਨੰਬਰ ਇਧਰਲੇ ਬੰਨੇ 98 ਗੋਲੀਆਂ ਦੇ 4 ਜਾਫੀ 4 ਨੌਜਵਾਨ ਮਾਲਕ ਇਹਨਾਂ ਨੂੰ ਸਲਾਮਤ ਰੱਖੇ ਟੀਮਾਂ ਜ਼ਰਾ ਗਰਾਊਂਡ 'ਚ ਆ ਜਾਣ ਬਹੁਤ ਸ਼ੁਕਰੀਆ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਬਹੁਤ ਬਹੁਤ ਸ਼ੁਕਰੀਆ ਉਸਤਾਦ ਫਰਿਆਦ ਅਤਾਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਮੇਰਾ ਵੀਰਾ ਕਾਸਮ ਕੰਬੋ ਢੇਰ ਪਿਆਰੇ ਹੋਵਣ ਰੱਬ ਕਰੇ ਇਸ ਧਰਤੀ ਉੱਤੇ ਭੋਰਾ ਜਿੰਨਾ ਦੁੱਖ ਨਾ ਹੋਵੇ ਤੇ ਰੱਬ ਕਰੇ ਇਸ ਧਰਤੀ ਉੱਤੇ ਹਰ ਇੱਕ ਸ਼ਾਮ ਸੁਹਾਨੀ ਹੋਵੇ ਹਰ ਇੱਕ ਸ਼ਾਮ ਸੁਹਾਨੀ ਹੋਵੇ ਹਰ ਕੋਈ ਰਾਜਾ ਰਾਣੀ ਹੋਵੇ ਹਰ ਇੱਕ ਰਾਜਾ ਰਾਣੀ ਹੋਵੇ ਤੇ ਫੁੱਲਾਂ ਦੀ ਬਸ ਟਾਣੀ ਹੋਵੇ ਰੱਬ ਕਰੇ ਇਸ ਧਰਤੀ ਉੱਤੇ ਭੋਰਾ ਜਿੰਨਾ ਦੁੱਖ ਨਾ ਹੋਵੇ ਕਿਸੇ ਦਾ ਪੀੜਾ ਮੁੱਖ ਨਾ ਹੋਵੇ ਟੀਮਾਂ ਦਾ ਗਰਾਊਂਡ 'ਚ ਆਓ ਮਲਕ ਕਬੱਡੀ ਕਲੱਬ ਬਾ ਮੁਕਾਬਲਾ ਹਾਫਲ ਫਰਿਆਦ ਅਤਾਰੀ ਕੱਲ੍ਹ ਵੀ ਚੱਕ ਨੰਬਰ 213 ਕਾਬੇ ਦੇ ਵਿੱਚ ਮੀਆਂ ਬਸ਼ੀਰ ਸ਼ਾਹ ਸਾਹਿਬ ਦੇ ਮੇਲੇ ਦੀ ਚੈਂਪੀਅਨ ਟੀਮ ਬਣ ਗਈ ਹਾਫਲ ਫਰਿਆਦ ਅਤਾਰੀ ਇੱਧਰ ਦੇ ਬੰਦੇ ਤੁਸੀਂ ਵੇਖਦੇ ਪਏ ਹੋ ਕਿ ਗੋਲੀਆਂ ਦੇ ਜਾਫੀ ਮੁੰਡੇ ਵੀ ਪੂਰੇ ਅਥਰੇ ਨੇ ਪੂਰੇ ਜੱਫੇ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਰਾਣਾ ਅਹਿਮਦ ਸਦਕੇ ਜ਼ਿੰਦਾਬਾਦ ਰੈਫਰੀ ਸਾਹਿਬ ਦਾ ਇਸ਼ਾਰਾ ਨੰਬਰ ਰਾਣੇ ਅਹਿਮਦ ਦਾ ਨੰਬਰ ਗੋਲੀਆਂ ਦੀ ਟੀਮ ਦਾ ਇੱਕ ਵਾਰੀ ਆਪਣੇ ਪੁੱਤਰਾਂ ਵਾਸਤੇ ਤੇ ਤਾੜੀ ਮਾਰ ਦੋ ਗੋਲੀਆਂ ਵਾਸਤੇ ਸਦਕੇ ਜ਼ਿੰਦਾਬਾਦ ਜੀ ਆਓ ਜੀ ਮਲਕ ਅਰਸ਼ਦ ਕਬੱਡੀ ਕਲੱਬ ਹਾਫਲ ਫਰਿਆਦ ਅਤਾਰੀ ਕਬੱਡੀ ਕਲੱਬ
ਚੱਲ ਵੀ ਪਾ ਹਾਏ 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 ਆ ਦੇਖ 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 ਗੱਡੀ ਤੇਜ ਆ ਗੱਡੀ ਤੇਜ ਆ ਕਹਿੰਦੇ ਕਿ ਅੱਗ ਗੱਡੀ ਪੰਪ ਡਰਾਈਵਰ ਕਰਦਾ ਨੋਖੇ ਕੰਮ ਡਰਾਈਵਰ ਔਰ ਆ ਗਿਆ ਕਬੱਡੀ ਦੇ ਬਾਰੇ ਦੇਖ ਇੱਕ ਵਾਰੀ ਫਿਰ ਦੇਖ ਚੱਲ ਵੀ ਸੁਣਿਆ ਪਾ ਹਾਂ ਕਬੱਡੀ ਆ ਦੇਖ ਬਣਦਾ ਕੀ ਆ ਦੇਖ ਉਸਤਾਦ ਸਾਡੇ ਗੁਜਰਦੇ ਬੱਬਰ ਸ਼ੇਰ ਚਾਰ ਬੱਬਰ ਸ਼ੇਰ ਖੜੇ ਹੋਏ ਆ ਆ ਦੇਖ ਮੂਰੇ ਦੇਖ ਬਣਦਾ ਕੀ ਚਾਰ ਜਾਫੀ ਬਿਲਕੁਲ ਤਿਆਰ ਪਰ ਤਿਆਰ ਹੋ ਦੇਖ ਲੱਗ ਗਿਆ ਰਾਜਬੂਦ ਰਾਜਬੂਦ ਲੱਗਾ ਸੀ ਪਰ ਪੁਆਇੰਟ ਹੋ ਗਿਆ ਰੇਟਰ ਦੇ ਖਾਤੇ ਪੁਆਇੰਟ ਹੋ ਗਿਆ ਰੇਟਰ ਦੇ ਖਾਤੇ ਵਧੀਆ ਪੁਆਇੰਟ ਦਾ ਕਰਦਾ ਮੰਨਦਾ ਬਾਈ ਬਰਾਏ ਮਿਹਰਬਾਨੀ ਟੀਮਾਂ ਆ ਜਾਓ ਬਰਾਏ ਮਿਹਰਬਾਨੀ ਟੀਮਾਂ ਆ ਜਾਓ ਬਰਾਏ ਮਿਹਰਬਾਨੀ ਮਲਕ ਕਬੱਡੀ ਕਲੱਬ 356 ਔਰ ਹਾਫਜ਼ ਫਰਿਆਦ ਕਬੱਡੀ ਕਲੱਬ 371 ਜੀ ਭੇਜੀ ਰਾਣਾ ਮੈਂ ਸੋਹਣਿਆ ਪਾ ਕਬੱਡੀ ਯੰਗ ਸਟਾਰ ਕਬੱਡੀ ਖਿਡਾਰੀ ਇਹ ਕਬੱਡੀ ਦੀ ਪਨੀਰੀ ਆ ਇੱਧਰ ਦੇ ਬੰਨੇ ਜਾਫੀ ਵੀ ਕਹਿੰਦਾ ਕਿ ਜ਼ੋਰ ਆਪਾਂ ਵੀ ਪੂਰੇ ਲਾਉਣੇ ਆ ਟ੍ਰੇਨਿੰਗ ਇੱਧਰ ਵੀ ਪੂਰੀ ਆ ਸਦਕੇ 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 ਜ਼ਿੰਦਾਬਾਦ ਜ਼ਿੰਦਾਬਾਦ ਔਰ ਇੱਕ ਵਾਰੀ ਫਿਰ ਆਪਣੀ ਟੀਮ ਵਾਸਤੇ ਜਾਫੀ ਕਹਿੰਦਾ ਨੰਬਰ ਦਾ ਵਾਧਾ ਕਰਾਂਗਾ ਉਸਤਾਦ ਅਖਤਰ ਦੀ ਫਿਸਲ ਦੱਸੇ ਕਿ 30 ਸਕਿੰਟ ਬਿਲੋਂ ਹੁੰਦੇ ਆ ਪੂਰੇ ਆਓ ਜੀ ਹਾਫਜ਼ ਫਰਿਆਦ ਅਤਾਰੀ ਕਬੱਡੀ ਕਲੱਬ ਪਾ ਮੁਕਾਬਲਾ ਮਲਕ ਅਰਸ਼ਦ ਕਬੱਡੀ ਕਲੱਬ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਾਂਗੇ ਆਪਣੇ ਵੀਰ ਦਾ ਸ਼ਾਦੇ ਗੁੱਜਰ ਦਾ ਸ਼ਾਨੀ ਘੋੜੇ ਦਾ ਰਾਣਾ ਗੁਰਬਾਨ ਜੀ ਸ਼ਾਨੀ ਰਾਜਾ ਜੀ ਰਾਣਾ ਜ਼ੁਬੈਰ ਏਕਮ ਇਫਤਖਾਰ ਗੁੱਜਰ ਬਹੁਤ ਸ਼ੁਕਰੀਆ ਰਾਣਾ ਆਸ਼ਿਕ ਟਰੈਕਟਰ ਵਾਲਾ ਬਹੁਤ ਸ਼ੁਕਰੀਆ ਸਈਦ ਕਿਸਾਨਾ ਜੀ ਬਹੁਤ ਸ਼ੁਕਰੀਆ ਸ਼ਾਨੀ ਗੁੱਜਰ 299 ਬਹੁਤ ਸ਼ੁਕਰੀਆ ਸ਼ਫੀਕ ਗੁੱਜਰ ਨੰਬਰਦਾਰ 98 ਕੋਲੀਆਂ ਜ਼ਿੰਦਾਬਾਦ ਰਾਣਾ ਜ਼ੁਬੈਰ ਜ਼ਿੰਦਾਬਾਦ ਸ਼ਾਨੀ ਗੁੱਜਰ ਜ਼ਿੰਦਾਬਾਦ ਮੇਰੇ ਵੀਰ ਦਾ ਸਈਦ ਗੁੱਜਰ ਦਾ ਬਹੁਤ ਸ਼ੁਕਰੀਆ ਅਮਾਨੁੱਲਾ ਗੁੱਜਰ ਸਾਹਿਬ ਸਨਾਉਲਾ ਗੁੱਜਰ ਸਾਹਿਬ ਬਲਾਲ ਗੁੱਜਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਲੀ ਰੰਧਾਵੇ ਬੱਬਰ ਸ਼ੇਰ ਕਿੱਥੇ ਹੈ ਮੇਰੀ ਗੱਲ ਸੁਣ ਜਾ ਕੇ ਅਲੀ ਰੰਧਾਵਾ ਸ਼ਾਨੀ ਬੱਬਰ ਸ਼ੇਰ ਕੋਈ ਟੀਮਾਂ ਦੇ ਮਗਰ ਇੱਕ ਬੰਦਾ ਹੀ ਚੱਲ ਜਾਓ ਪੈਸਾ ਤਾਂ ਇਕੱਲੇ ਹੀ ਇੱਕ ਬੰਦਾ ਜਾਓ ਟੀਮ ਹੈ ਕਿੱਥੇ ਹੈ ਰਾਣਾ ਜ਼ੁਬੈਰ ਸ਼ਹਿਜ਼ਾਦਿਆਂ ਦੇ ਆਏ ਜ਼ੁਬੈਰ ਏਕਮ ਕਿੱਥੇ ਆ ਆ ਗਿਆ ਜ਼ਿੰਦਾਬਾਦ ਔਰ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਜਨਾਬੇ ਨੰਬਰਦਾਰ ਵੀਰ ਸਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ ਕਿ ਨੌਜਵਾਨ ਖਿਡਾਰੀਆਂ ਨਾਲ ਮੁਹੱਬਤ ਕੀਤੀ ਆ ਸ਼ਫੀਕ ਗੁੱਜਰ ਨੰਬਰਦਾਰ ਸਾਹਿਬ 98 ਜੀਵੇ ਗੋਲੀਆਂ ਬਹੁਤ ਬਹੁਤ ਸ਼ੁਕਰੀਆ ਕਿ ਨੌਜਵਾਨਾਂ ਨਾਲ ਪਿਆਰ ਕੀਤਾ ਜ਼ਿੰਦਾਬਾਦ ਜੀ ਹਾਫਜ਼ ਸਾਹਿਬ ਆਵਾਜ਼ ਜਾ ਰਹੀ ਮੇਰੀ ਮਲਕ ਅਰਸ਼ਦ ਸਾਹਿਬ ਆਵਾਜ਼ ਜਾ ਰਹੀ ਮੇਰੀ ਅਲੀ ਰੰਧਾਵਾ ਬਫਰ ਸ਼ੇਰ ਤੇਰਾ ਗੱਲ ਸਮਝਾਈ ਤੇਰਾ ਆਓ ਹਾਂ ਜੀ ਬਹੁਤ ਸ਼ੁਕਰੀਆ ਜੀ ਰਾਣਾ ਆਸ਼ਿਕ ਡਾਇਰੈਕਟਰ ਵਾਲਾ ਸਾਡਾ ਵੀਰ ਇਹਦੇ ਪਿਆਰ ਦਾ ਬਹੁਤ ਸ਼ੁਕਰੀਆ ਮਲਕ ਸਾਹਿਬ ਗਰਾਊਂਡ ਤੁਸੀਂ ਦੇਖੋ ਮਾਸ਼ਾਅੱਲਾ ਇਸ ਟਾਈਮ ਪੂਰੀ ਬੱਲੇ ਬੱਲੇ ਕਰਾਈ ਆ ਗਰਾਊਂਡ ਸਜਾਉਣ ਵਾਲੀ ਬਣਾਉਣ ਵਾਲੀ ਕਮਾਲ ਕਰ ਦਿੱਤੀ ਰਾਣਾ ਆਸ਼ਿਕ ਸਾਹਿਬ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਤੁਹਾਡੀ ਇਸ ਸੋਚ ਨੂੰ ਤੁਹਾਡੀ ਇਸ ਮੁਹੱਬਤ ਨੂੰ ਸਲੂਟ ਪੇਸ਼ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਖੂਬਸੂਰਤ ਜੀ ਹਰਦੀਪ ਵੀਰੇ ਇਹਦੇ ਸ਼ਾਦੇ ਗੁੱਜਰ ਵੀਰ ਨਾਲ ਰਾਬਤਾ ਕਰੀ ਉਸਤਾਦ ਨਸੀਰ ਅਹਿਮਦ ਜੱਟ ਕਾਦਰਾਬਾਦ ਸ਼ਾਦੇ ਗੁੱਜਰ ਵੀਰ ਨਾਲ ਰਾਬਤਾ ਕਰਿਓ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਲਕ ਅਰਸ਼ਦ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਬਾਹਰ ਕੈਬ ਆਪਾਂ ਇੱਥੇ ਡਿਸਕਸ ਕਰਦੇ ਹਾਂ ਇੱਧਰ ਆਇਆ ਜੇ
ਸਾਡਾ ਭਾਜੀ ਆ ਗੱਲ ਸੁਣਿਓ ਗੱਲ ਬੰਦੇ ਦੀ ਜੀ ਜੀ ਪੁਆਇੰਟ ਹੋ ਗਏ ਜਾਂ ਫਲੇਮ ਦਿਖਾਤੇ ਭਾਈ ਨਸੀਰ ਨੂੰ ਬੁਲਾ ਲਓ ਨਾ ਪੁੱਛ ਲਓ ਉਸਤਾਦ ਨਸੀਰ ਨੂੰ ਬੁਲਾ ਲਓ ਉਸਤਾਦ ਨਸੀਰ ਸਾਹਿਬ ਕਿੱਥੇ ਨੇ ਭਾਈ ਸ਼ੀਰੇ ਉਸਤਾਦ ਸ਼ੀਰਾ ਜੀ ਅਗਰ ਸਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਪੁੱਜਦੀ ਪਈ ਹੈ ਤਾਂ ਬੜੀ ਮਿਹਰਬਾਨੀ ਕਮੇਟੀ ਦਾ ਰਾਬਤਾ ਕਰੋ ਨਾ ਕਰੋ ਏਡਾ ਖੂਬਸੂਰਤ ਇੰਤਜ਼ਾਮ ਹੈ ਤੇ ਟਾਈਮ ਨੂੰ ਜ਼ਾਇਆ ਨਾ ਕਰੋ ਬੜੀ ਮਿਹਰਬਾਨੀ ਆਵਾਮ ਇੰਨੀ ਗਰਮੀ ਦੇ ਵਿੱਚ ਜਿਹੜੀ ਇੰਨੀ ਖੜੀ ਹੈ ਤੁਹਾਡਾ ਇੰਤਜ਼ਾਰ 'ਚ ਖੜੀ ਹੈ ਤੇ ਜਿਹੜੀਆਂ ਟੀਮਾਂ ਪੂਰੀਆਂ ਹੈ ਟਾਈਮ ਨੂੰ ਜ਼ਾਇਆ ਨਾ ਕਰੋ ਔਰ ਮੈਂ ਸ਼ੁਰੂ ਹਾਂ ਸਿਰ 'ਤੇ ਛਾਪਰ ਪਾਇਆ ਮੁੰਡੇ ਨੂੰ ਚੱਲ ਵੀ ਸੁਣਿਆ ਬਾਖਾ ਕਬੱਡੀ ਹੈ ਪੰਦਲਾ ਪਤੰਗ ਬੰਦਨ ਮੁੰਡੇ ਦਾ ਉਧਰ ਵੀ ਚੱਕ ਲਿਆ ਮੁੰਡੇ ਨੇ ਇਹ ਦੇਖਾਂਗੇ ਪੈ ਗਈ ਸੱਟ ਵਾਲੀ ਜੱਫੀ ਬੱਲੇ 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 ਹੁੰਦੀ ਆਹ ਢਾਣ ਵਾਲਾ ਕੰਮ ਕਰ ਛੱਡਿਆ ਕਿ ਸੁਖਨੇ ਦੇ ਵਿੱਚ ਮਾਹੀ ਮਿਲਿਆ ਮਹਿੰਗਲ ਵਿੱਚ ਬਾਲੀਆਂ ਬਾਹਾਂ ਹੱਟਰ ਦੀ ਮਾਰੀ ਅੱਖ ਨਾ ਖੋਲਾ ਕਿਤੇ ਫੇਰ ਵਿਛੜ ਨਾ ਜਾਵਾ ਐ ਵਿਛੜਨ ਵਾਲੀ ਗੱਲ ਲੈ ਮੁੰਡੇ ਦੀ ਵੱਜ ਗਈ ਕੈਂਚੀ ਸੋ ਨੰਬਰ ਕਹਿੰਦੇ ਜਾਫਲਰ ਦੇ ਖਾਤੇ ਨੰਬਰ ਜਾਫੀ ਦੇ ਖਾਤੇ ਜੁੜ ਗਿਆ ਇਧਰੋਂ ਫਿਰ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਅਗਾ ਬਲ ਬੰਦਾ ਹੋਇਆ ਬੋਲੇ ਬੋਲੇ ਬੱਬ ਦਰਦ ਹੈ ਜਾਫੀ ਮੋਰੇ ਚਾਰ ਹੈ ਦੇਖਾਂਗੇ ਵੱਜ ਸੋ ਵੱਧ ਖੜੇ ਐ ਕਹਿੰਦੇ ਜੰਮਦੀਆਂ ਸੂਲਾਂ ਦੇ ਮੂੰਹ ਹੱਥ ਤਿੱਖੇ ਹੁੰਦੇ ਆ ਤਿੱਖੇ ਹੁੰਦੇ ਆ ਇਧਰੋਂ ਕਿਹੜਾ ਮੁੰਡਾ ਦੋ ਨੰਬਰ ਦਾ ਮੁੰਡਾ ਮਾਜਰ ਗੁੰਜਰੇ ਹੈ ਸੋਨਾ ਪੁੱਤ ਗੁੰਜਰਾਂ ਦਾ ਐਂ ਡੱਗ ਪਾਉਣ ਦੀ ਕੋਸ਼ਿਸ਼ ਕਰਦਾ ਪਰ ਨੰਬਰ ਕਹਿੰਦੇ ਹੋ ਗਿਆ ਐਸਮ ਰਿਡਰ ਦਿਖਾਤੇ ਕਹਿੰਦੇ ਗੁੱਜਰ ਦਰਵੇਸ਼ ਆਲ ਓਵਰ ਕਬੱਡੀ ਟੂਰਨਾਮੈਂਟ ਸੱਜ ਗਿਆ ਐ ਕਹਿੰਦੇ ਸਿਰੇ ਦੇ ਰੇਡਰ ਔਰ ਸਿਰੇ ਦੇ ਜਾਫੀ ਸੁਪੁਜੇ ਹੋਏ ਹੈ ਰਾਣਾ ਮਹਿਰੀ ਇੱਧਰ ਕਹਿੰਦੇ ਦੋ ਨੰਬਰ ਦਾ ਟੱਕਰ ਹੋਈ ਬੱਜੇਗੀ ਵਿਸਲ ਸੂਈਆਂ ਗੜੀਆਂ ਟਿਕ ਟਿਕ ਕਰਨਗੀਆਂ ਹਾਂ ਨੰਬਰ ਕਹਿੰਦੇ ਰੇਡਰ ਦਾ ਠਿਕ ਦੀ ਹੋਰ ਦੇ ਫੜ ਦਾ ਵਾਧਾ ਕਰ ਗਿਆ ਹਾਫਜ਼ ਫਰਿਆਦ ਔਰ ਅਤੀਕ ਵਿਰਕ ਵੀਰ ਜੀ ਦੋਵੇਂ ਟੀਮਾਂ ਹੱਥ ਜੋੜ ਬੇਨਤੀ ਹੈ ਗਰਾਉਂਡੇ ਆ ਜਾਓ ਹਾਫਜ਼ ਫਰਿਆਦ ਲਓ ਜੀ 10 ਮਿੰਟ ਦਾ 5 ਮਿੰਟ ਦਾ ਟਾਈਮ ਆ ਜਿਹੜੀ ਟੀਮ ਵਿੱਚ ਆ ਜਾਏਗੀ ਪਹਿਲੇ ਜਿਹੜੀ ਟੀਮ ਨਾ ਆਈ ਉਹਦੇ ਖਿਲਾਫ ਕਮੇਟੀ ਕੋਈ ਵੀ ਫੈਸਲਾ ਦੇ ਸਕਦੀ ਹੈ ਬੜੀ ਮਿਹਰਬਾਨੀ ਟੀਮਾਂ ਗਰਾਉਂਡੇ ਆ ਜਾਓ ਮਿਹਰਬਾਨੀ ਟੀਮਾਂ ਗਰਾਉਂਡੇ ਆ ਜਾਓ ਮਲਕ ਕਬੱਡੀ ਕਲੱਬ 356 ਔਰ ਹਾਫਜ਼ ਫਰਿਆਦ ਕਬੱਡੀ ਕਲੱਬ 373 ਸੋ ਬੜੀ ਮਿਹਰਬਾਨੀ ਕੱਲ ਵੀ ਹਾਫਜ਼ ਨੇ ਝੰਡੇ ਕੱਢੇ ਆ ਜੀ ਐ ਕਹਿੰਦੇ 213 ਦਾ ਕੱਪ ਵੀ ਚੁੰਮੇ ਆ ਹਾਫਜ਼ ਜੀ ਅਸਲਾਮ ਅਲੈਕਮ ਹੈ ਵਾਹਿਗੁਰੂ ਸਾਹਿਬ ਯਾਰ ਬੜੀ ਮਿਹਰਬਾਨੀ ਟੀਮ ਹੈ ਜਰਾ ਗਰਾਉਂਡੇ ਆ ਜਾਓ ਮਲਕ ਕਬੱਡੀ ਕਲੱਬ ਔਰ ਹਾਫਜ਼ ਫਰਿਆਦ ਜੀ
ਹੱਥ ਜੋੜ ਬੇਨਤੀ ਹੈ ਕਮੇਟੀ ਦੀ ਵੀ ਟੀਮਾਂ ਦਾ ਗਰਾਉਂਡੇ ਵਾਲਾ ਦੇਖ ਬਣਦਾ ਕੀ ਆ ਬਣਦਾ ਕੀ ਆ ਆਹ ਤੀਆਂ ਸਕਿੰਟਾਂ ਦਾ ਟਾਈਮ ਦੇਖ ਬਣਦਾ ਕੀ ਆ ਬਣਦਾ ਕੀ ਆ ਔਰ ਚੌਰੀ ਹਸਨ ਗੁਜਰ ਸਾਡੇ ਇਨਸ਼ਾਅੱਲਾ ਇੱਜ਼ਤਾਂ ਦੇ ਪ੍ਰਧਾਨ ਚੌਰੀ ਹਸਨ ਗੁਜਰ ਚਾਚਾ ਸਾਹਿਬ ਗੁਜਰ ਕਾਰਪੋਰੇਸ਼ਨ ਆਫ ਗੋਜਰਾ ਬਾਈ ਦਰਸ਼ਨ ਦੇ ਕਿਹਦੇ ਕੋਲ ਜੀ ਵੈਲਕਮ ਇਨਸ਼ਾਅੱਲਾ ਥੋੜ੍ਹੀ ਦੇਰ ਤੋਂ ਬਾਅਦ ਸਾਡੇ ਇੱਜ਼ਤਾਂ ਦੇ ਪ੍ਰਧਾਨ ਚੌਰੀ ਹਸਨ ਗੁਜਰ ਇਨਸ਼ਾਅੱਲਾ ਸਾਡਾ ਇੱਜ਼ਤਾਂ ਦਾ ਪ੍ਰਧਾਨ ਮੁੱਖ ਮਹਿਮਾਨ ਬਣ ਰਿਹਾ ਸਾਡਾ ਹੁਣੇ ਸਟੇਜ ਦਾ ਸਿੰਗਾਰ ਵੈਲਕਮ ਕਰਾਂਗੇ ਇਨਸ਼ਾਅੱਲਾ ਤਾਲਾ ਔਰ ਬਈ ਮੈਚ ਅਗਲੀਆਂ ਟੀਮਾਂ ਦਾ ਫੈਸਲਾ ਨਹੀਂ ਹੋ ਰਿਹਾ ਇਸ ਟਾਈਮ ਔਰ ਅੱਜ ਦੇ ਸਾਡੇ ਖੂਬਸੂਰਤ ਮਹਿਮਾਨ ਥੋੜ੍ਹੀ ਦੇਰ ਤੋਂ ਬਾਅਦ ਸਾਡੇ ਬਣਨਗੇ ਸ੍ਰੀ ਜਿੰਨਾ ਚੌਧਰੀ ਹਸਨ ਗੁਜਰ ਚਾਚਾ ਸਾਹਿਬ ਗੁਜਰ ਕਾਰਪੋਰੇਸ਼ਨ ਗੋਜਰਾ ਇਹ ਸਾਡੇ ਅੱਜ ਦੇ ਮੁੱਖ ਮਹਿਮਾਨ ਥੋੜ੍ਹੀ ਦੇਰ ਤੋਂ ਬਾਅਦ ਸਾਡੇ ਬਣਨਗੇ ਸ੍ਰੀ ਜਿੰਨਾ ਦੇ ਹਸਨ ਗੁਜਰ ਸਾਹਿਬ ਬਾਈ ਸਟੇਜ ਖਾਲੀ ਕਰ ਦੋ ਸਾਡੇ ਪ੍ਰਾਹੁਣੇ ਆ ਗਏ ਬਰਾਏ ਮਿਹਰਬਾਨੀ ਹਾਂਜੀ ਪਿੰਡ ਬੁਲਾਏ ਪ੍ਰਾਹੁਣੇ ਬਸ ਹੁਣ ਜ਼ਰਾ ਸਟੇਜ ਖਾਲੀ ਕਰ ਦੋ ਬਰਾਏ ਮਿਹਰਬਾਨੀ ਇਸ ਤੋਂ ਪਹਿਲਾਂ ਕਿ ਹਾਂਜੀ ਛਾਨੀ ਘੋੜਾ ਤੁਹਾਨੂੰ ਕੁਛ ਕਹੇ ਜੀ ਮਲਿਕ ਸਾਹਿਬ ਜ਼ਰਾ ਸਟੇਜ ਖਾਲੀ ਕਰਾਇਓ ਮਲਿਕ ਸਾਹਿਬ ਔਰ ਬਾਈ ਕੱਢ ਦਿਓ ਬਰਾਏ ਮਿਹਰਬਾਨੀ ਇਹ ਸਾਡੇ ਇੱਜ਼ਤਾਂ ਦੇ ਪ੍ਰਧਾਨ ਚੌਰੀ ਹਸਨ ਗੁਜਰ ਉਹਨਾਂ ਦੇ ਨਾਲ ਚੌਰੀ ਨਹੀਂ ਗੁਜਰ ਜੀ ਮਲਿਕ ਸਾਹਿਬ ਜੀ ਚੌਧਰੀ ਹਸਨ ਗੁਜਰ ਸਾਹਿਬ ਸਾਡੇ ਚੇਚੇ ਪ੍ਰਾਹੁਣੇ ਹਸਨ ਗੁਜਰ ਕਾਰਪੋਰੇਸ਼ਨ ਗੋਜਰਾ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ ਚੌਧਰੀ ਅਬੈਦ ਗੁਜਰ ਸਾਹਿਬ ਚੌਧਰੀ ਨਈਮ ਗੁਜਰ ਸਾਹਿਬ ਮਾਨ ਅਨਵਰ ਫਿਆਜ਼ ਸਾਹਿਬ ਥੋੜ੍ਹੀ ਦੇਰ ਤੱਕ ਸਾਡੀ ਸਟੇਜ ਦੀ ਰੌਣਕ ਬਣਨਗੇ ਚੌਧਰੀ ਹਸਨ ਗੁਜਰ ਕਾਰਪੋਰੇਸ਼ਨ ਗੋਜਰਾ ਔਰ ਪਹਿਲਾ ਮੁਕਾਬਲਾ ਉਸਤਾਦ ਨਸੀਰ ਅਹਿਮਦ ਜੱਟ ਕਾਦਰਾਬਾਦ ਪਾ ਮੁਕਾਬਲਾ ਅਤੀਕ ਵਿਰਕ ਤਲਵੰਡੀ ਕਬੱਡੀ ਕਲੱਬ ਅਤੀਕ ਵਿਰਕ ਜੀ ਅਤੀਕ ਸਦਾਤੇ ਬੱਬਰ ਸ਼ੇਰਾ ਅੱਲਾ ਸੋਹਣੇ ਦੇ ਹਵਾਲੇ ਬਿਸਮਿਲਾ ਕਰੀਏ ਭਾਈ ਸ਼ਾਦਾ ਜੀ ਅਤੀਕ ਵਿਰਕ ਤੇ ਨਸੀਰ ਅਹਿਮਦ ਜੱਟ ਕਾਦਰਾਬਾਦ ਕਬੱਡੀ ਕਲੱਬ ਟੀਮਾਂ ਗਰਾਊਂਡ ਚ ਆਜੋ ਬਹੁਤ ਬਹੁਤ ਸ਼ੁਕਰੀਆ ਹਾਫਜ਼ ਫਰਿਆਦ ਅਤਾਰੀ ਕੱਲ ਵੀ ਚੱਕ ਨੰਬਰ 213 ਗਾਹ ਤੇ ਤਹਿਸੀਲ ਸਮੁੰਦਰੀ ਦੇ ਵਿੱਚ ਵੱਡਾ ਖੇਡ ਮੇਲਾ ਹੋਇਆ ਉੱਥੋਂ ਵੀ ਟੀਮ ਚੈਂਪੀਅਨ ਬਣ ਕੇ ਆਈ ਔਰ ਜੀ ਨਸੀਰ ਅਹਿਮਦ ਜੱਟ ਕਾਦਰਾਬਾਦ ਪਾ ਮੁਕਾਬਲਾ ਅਤੀਕ ਵਿਰਕ ਤਲਵੰਡੀ ਉੱਧਰ ਸਾਡੇ ਮੌਜੂਦ ਮਹਿਮਾਨ ਚੌਧਰੀ ਹਸਨ ਗੁਜਰ ਕਾਰਪੋਰੇਸ਼ਨ ਗੋਜਰਾ ਚੌਧਰੀ ਅਬੈਦ ਗੁਜਰ ਚੌਧਰੀ ਨਈਮ ਮਾਰ ਅਨਵਰ ਫਿਆਜ਼ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਂ ਅਨਵਰ ਫਿਆਜ਼ ਸਾਹਿਬ ਚੌਧਰੀ ਹਸਨ ਗੁਜਰ ਕਾਰਪੋਰੇਸ਼ਨ ਬਹੁਤ ਬਹੁਤ ਸ਼ੁਕਰੀਆ ਸਤਿ ਬਿਸਮਿਲਾ ਜੀ ਆਇਆਂ ਨੂੰ ਵੈਲਕਮ ਬਖੈਰ ਰਾਗਲੇ ਜ਼ਿੰਦਾਬਾਦ ਆਓ ਜੀ ਤਲਵੰਡੀ ਕਬੱਡੀ ਕਲੱਬ ਅਤੀਕ ਵਿਰਕ ਜੀ ਵੈਲਕਮ ਕਰਦੇ ਜੀ ਮਲਿਕ ਸਾਹਿਬ ਪ੍ਰਾਹੁਣੇ ਸਾਡੇ ਆ ਗਏ ਉਧਰ ਮਲਿਕ ਸਾਹਿਬ ਕਰੋ ਫਿਰ ਪ੍ਰਾਹੁਣੇ ਦੀ ਗੱਲ ਜ਼ਿੰਦਾਬਾਦ ਸਤਿ ਬਿਸਮਿਲਾ ਚੌਧਰੀ ਹਸਨ ਗੁਜਰ ਸਾਹਿਬ ਕਾਰਪੋਰੇਸ਼ਨ ਗੋਜਰਾ ਚੌਧਰੀ ਅਬੈਦ ਗੁਜਰ ਸਾਹਿਬ ਚੌਧਰੀ ਨਈਮ ਗੁਜਰ ਸਾਹਿਬ ਮੈਂ ਅਨਵਰ ਫਿਆਜ਼ ਸਾਹਿਬ ਚੌਧਰੀ ਹਸਨ ਗੁਜਰ ਕਾਰਪੋਰੇਸ਼ਨ ਸਤਿ ਬਿਸਮਿਲਾ ਜੀ ਆਇਆਂ ਨੂੰ ਖੁਸ਼ ਆਮਦੇਦ ਵੈਲਕਮ ਬਖੈਰ ਰਾਗਲੇ ਬਹੁਤ ਬਹੁਤ ਸ਼ੁਕਰੀਆ ਔਰ ਸਾਰੀ ਮੇਲਾ ਕਮੇਟੀ ਵੱਲੋਂ ਜੀ ਆਇਆਂ ਨੂੰ ਆ ਜੋ ਟੀਮਾਂ ਨਾਲ ਨਿਆਣਿਆਂ ਗਰੀਬਾਂ ਚੋਂ ਕੀ ਕੱਢਣਾ ਜੋ ਇਹਨਾਂ ਨੂੰ ਅੱਜ ਦਾ ਜੋੜਿਆ ਅੱਲਾ ਜਾਣਦਾ ਸ਼ੋਦਿਆਂ ਨੂੰ ਮੁੰਡੇ ਨੱਸ ਜਾਣਗੇ ਇਸ ਕੰਮ ਤੇ ਆ ਜੋ ਇਹਨਾਂ ਦੀ ਬੱਸ ਕਰਾਈਏ ਇਹਨਾਂ ਵਿਚਾਰਿਆਂ ਕਹਿੰਦੇ ਇਮਤਿਹਾਨ ਲੈਣ ਨੇ ਭਾਈ ਅਖਤਰ ਇਹਨਾਂ ਛੱਡਾਓ ਗਰੀਬਾਂ ਨੂੰ ਮੈਚ 40 ਘੰਟੀਆਂ 40 ਮਿੰਟਾਂ ਦਾ ਮੈਚ ਹੁੰਦਾ ਇਹਨਾਂ ਨੂੰ 240 ਮਿੰਟ ਹੋ ਗਏ
ਬਹੁਤ ਸ਼ੁਕਰੀਆ। ਔਰ ਜੀ ਅਤੀਕ ਵਿਰਕ ਤਲਵੰਡੀ ਕਬੱਡੀ ਕਲੱਬ ਨਸੀਰ ਅਹਿਮਦ ਚੱਟ ਕਾਦਰਾਬਾਦ ਕੋਚ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਕੋਚਾਂ ਚ ਨਾਂ ਪਾਕਿਸਤਾਨ ਆਰਮੀ ਦੀ ਕੋਚਿੰਗ ਕੀਤੀ ਉਧਰਲੇ ਬੰਦੇ ਵੀ ਅਤੀਕ ਵਿਰਕ ਵੀ ਆਪਣੇ ਨੌਜਵਾਨਾਂ ਦੇ ਕੰਨ ਤੇ ਪੂਰੇ ਥਾਪੜੇ ਗਰਾਊਂਡ ਖਾਲੀ ਕਰਦੇ ਹੋ ਇੱਥੇ ਮੈਚ ਵਾਇੰਡ ਅਪ ਹੋਣ ਲੱਗਾ ਕਿ ਕਬੱਡੀ ਤੋਂ ਬਾਅਦ ਸਾਡੇ ਮੌਜੂਦ ਮਹਿਮਾਨ ਚੌਧਰੀ ਹਸਨ ਗੁੱਜਰ ਸਾਹਿਬ ਗੁੱਜਰ ਕਾਰਪੋਰੇਸ਼ਨ ਗੋਜਰਾ ਚੌਧਰੀ ਅਬੈਦ ਗੁੱਜਰ ਸਾਹਿਬ ਚੌਧਰੀ ਨਈਮ ਗੁੱਜਰ ਸਾਹਿਬ ਮਾਰ ਮਹਿਰ ਅਨਵਰ ਫਿਆਜ਼ ਸਾਹਿਬ ਥੋੜ੍ਹੀ ਦੇਰ ਤੱਕ ਸਾਡੀ ਸਟੇਜ ਦੀ ਰੌਣਕ ਬਣਨਗੇ ਚੌਧਰੀ ਸ਼ਫੀਕ ਗੁਜਰਾਤੀ ਸਾਹਿਬ ਗੱਲਾਂ ਮੰਡੀ ਗੋਜਰਾ ਇਹ ਵੀ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ ਸਾਡੀ ਸਟੇਜ ਦੀ ਬਣਨਗੇ ਰੌਣਕ ਚੱਲ ਪਈ ਸ਼ਹਿਜ਼ਾਦਿਆ ਪਾ ਕਬੱਡੀ ਸਦਕੇ ਨੌਜਵਾਨਾਂ ਜ਼ਿੰਦਾਬਾਦ ਪਰ ਨਹੀਂ ਨਹੀਂ ਕੰਮ ਬਣਦੇ ਪਏ ਉੱਧਰ ਪ੍ਰਾਹੁਣੇ ਪਹੁੰਚ ਕੇ ਰਾਜਾ ਸ਼ਾਨੀ ਜੀ ਮਹਿਮਾਨ ਅੱਪੜਦੇ ਪਏ ਨੇ ਸਟੇਜ ਤੋਂ ਕੁਰਸੀਆਂ ਦੋਸਤਾਂ ਦੇ ਅੱਗੇ ਦਰਖਾਸਤ ਹੋਏਗੀ ਮੇਰੀ ਕਿ ਮੌਜੂਦ ਮਹਿਮਾਨ ਜਿਹੜੇ ਸਾਡੇ ਕੇਕੇ ਸੱਦੇ ਤੇ ਅੱਪੜਦੇ ਪਏ ਆ ਉਹਨਾਂ ਨੂੰ ਆਪਾਂ ਜਗ੍ਹਾ ਦੇਈਏ ਪੂਰੀ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜ਼ਿੰਦਾਬਾਦ ਜੀ ਜੀ ਨਫੀਸ ਭੱਟੀ ਬਾਬਾ ਸ਼ੇਰ ਪ੍ਰਾਹੁਣੇ ਪੁੱਜਦੇ ਪਏ ਨੇ ਇਨਸ਼ਾਅੱਲਾ ਔਰ ਟੀਮਾਂ ਵੀ ਆਉਣ ਲੱਗੀਆਂ ਗਰਾਊਂਡ ਮੈਚ ਹੋ ਗਿਆ ਇਹ ਪਹਿਲਾ ਮੈਚ ਆਪਾਂ ਜਿਹੜਾ ਪਲੇਅਰ ਥੋੜ੍ਹੇ ਜਿਹੇ ਪਿੱਛਾ ਸਨ ਆਪਾਂ ਉਸਤਾਦ ਸ਼ੀਰਾ ਸਾਹਿਬ ਦੀ ਔਰ ਜਨਾਬੇ ਅਤੀਕ ਵਿਰਕ ਵੀਰ ਦਾ ਸੋ ਥੈਂਕਸ ਆ ਲਵ ਯੂ ਕਿ ਵੀਰਾਂ ਨੇ ਬਿਲਕੁਲ ਮਾਣ ਰੱਖਿਆ ਕਮੇਟੀ ਦਾ ਕਿ ਦੂਜਾ ਮੈਚ ਕਹਿੰਦੇ ਆਪਾਂ ਪਹਿਲਾਂ ਖੇਡ ਲੈਂਦੇ ਹਾਂ ਔਰ ਫਿਰ ਜਿਹੜਾ ਪਹਿਲਾ ਮੈਚ ਆ ਮਲਕ ਕਬੱਡੀ ਕਲੱਬ ਹਾਫਿਜ਼ ਫਰਿਆਦ ਅਤਾਰੀ ਕਬੱਡੀ ਕਲੱਬ ਇਹ ਮੈਚ ਦੂਜਾ ਸੈਮੀਫਾਈਨਲ ਖੇਡਿਆ ਜਾਏਗਾ ਉੱਥੇ ਸਾਡੇ ਮੌਜੂਦ ਮਹਿਮਾਨ ਚੌਧਰੀ ਹਸਨ ਗੁੱਜਰ ਸਾਹਿਬ ਗੁੱਜਰ ਕਾਰਪੋਰੇਸ਼ਨ